ਸਸਿਕਾਲ ਜੀ PTC ਪੰਜਾਬੀ ਦੇਖ ਰਹੇ ਸਾਰੇ ਮਿੱਤਰਾਂ ਦਾ ਮੇਰੇ ਵੱਲੋਂ ਯਾਨੀ ਕਿ ਯੰਗ ਵੀਰ ਦੇ ਵੱਲੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਸ਼ੋਅ ਦਾ ਨਾਮ ਤੁਹਾਨੂੰ ਪਤਾ ਹੀ ਹੈ ਜੀ PTC ਸ਼ੋਕੇਸ ਤੇ ਅੱਜ PTC ਸ਼ੋਕੇਸ ਦੇ ਵਿੱਚ ਮੈਂ ਕਿਹਾ ਜੀ ਜਗਮਗ ਹੋਈ ਪਈ ਹੈ ਤੇ ਜਗਮਗ ਹੋਣ ਦਾ ਰੀਜ਼ਨ ਇਹੀ ਆ ਕਿ ਜਿਸ ਫਿਲਮ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਸ ਫਿਲਮ ਦੀ ਸਟਾਰਕਾਸਟ ਨਾਲ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਨੇ ਬਹੁਤ ਜਗਮਗ ਕਰਾਈ ਪਈ ਹੈ ਸਾਰੇ ਪਾਸੇ ਤੇ ਫਿਲਮ ਦੀ ਸਟਾਰਕਾਸਟ ਆਈ ਸਾਡੇ ਨਾਲ ਲਾਟੂ ਦੀ ਗਗਨ ਕੋਕਰੀ ਭਾਅ ਜੀ ਐਂਡ ਸਰਦਾਰ ਸੋਹੀ ਜੀ ਵੈਲਕਮ ਪੀਟੀਸੀ ਸ਼ੋਕੇਸ ਦੇ ਵਿੱਚ ਜੀ ਦੋਵਾਂ ਦਾ ਚਿਹਰੇ ਵੀ ਲਿਸ਼ਕ ਰਹੇ ਆ ਹੈ ਨਾ ਟ੍ਰੇਲਰ ਦਾ ਬਹੁਤ ਘੈਂਟ ਰਿਸਪੌਂਸ ਆਇਆ ਹੈ ਨਾ ਪਤਾ ਲੱਗ ਰਿਹਾ ਨਾ ਤੁਹਾਨੂੰ ਮਿਲ ਕੇ ਸਿੱਧਾ ਹੀ ਸੋ ਬਹੁਤ ਬਹੁਤ ਮੁਬਾਰਕਾਂ ਜੀ ਸਭ ਤੋਂ ਪਹਿਲਾਂ ਦੋਵਾਂ ਨੂੰ ਫਿਲਮ ਦੀਆਂ ਥੈਂਕ ਯੂ ਜੀ ਥੈਂਕਸ ਅ ਲੋਟ ਤੇ ਸਰਦਾਰ ਸੋਹੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੰਗਵੀਰ ਨਾਂ ਬਹੁਤ ਸੋਹਣਾ ਪਿਆਰਾ ਨਾਂ ਹੈ ਤੇਰੇ ਨਾਲ ਬੈਠ ਕੇ ਖੁਦ ਫੀਲ ਜੇ ਕਰਦੇ ਹਾਂ ਯੰਗ ਆ ਅਸੀਂ ਵੀ ਨਹੀਂ ਸਰ ਤੁਸੀਂ ਯੰਗ ਹੋ ਜੋ ਫਿਲਮ 'ਚ ਤੁਸੀਂ ਕੀਤਾ ਜੋ ਮੁੱਛਾਂ ਨਾਲ ਤੁਸੀਂ ਕਮਾਲ ਕੀਤਾ ਫਿਲਮ ਦੇ ਵਿੱਚ ਉਹ ਤਾਂ ਮੇਰੇ ਹਿਸਾਬ ਨਾਲ ਯੰਗ ਵੀ ਨਹੀਂ ਕਰ ਸਕਦੇ ਹੈ ਨਾ ਉਹਦਾ ਯੰਗ ਬੰਦਾ ਵੀ ਨਹੀਂ ਕਰ ਸਕਦਾ ਸਹੀ ਗੱਲ ਅੱਛਾ ਗਗਨ ਭਾਈ ਸਭ ਤੋਂ ਪਹਿਲਾਂ ਪੁੱਛਣਾ ਚਾਹੂੰਗਾ ਕਿ ਪਹਿਲੀ ਫਿਲਮ ਹੈ ਇੰਨਾ ਸ਼ਾਨਦਾਰ ਕਨਸੈਪਟ ਹੈ ਨਾ ਸੋ ਹਾਊ ਇਜ਼ ਯੂ ਫੀਲਿੰਗ ਕਿੱਦਾਂ ਦੀ ਇਸ ਟਾਈਮ ਮਤਲਬ ਅੰਦਰੋਂ ਜਿਹੜੀਆਂ ਕੁਤਕਧਾਰੀਆਂ ਨਿਕਲਦੀਆਂ ਬੰਦੇ ਦੇ ਉਹ ਕਿੱਦਾਂ ਦੀ ਚੱਲ ਰਹੀਆਂ ਮੈਂ ਆਪਦੇ ਆਪ ਨੂੰ ਲੱਕੀ ਮੰਨਦਾ ਜੀ ਔਰ ਇਹ ਜਿਹੜੀ ਜੇ ਟ੍ਰੇਲਰ ਨੂੰ ਪਿਆਰ ਦਿੱਤਾ ਤਾਂ ਉਹਦੇ ਵਿੱਚ ਮੇਰਾ ਇਕੱਲੇ ਤਾਂ ਨਹੀਂ ਕੁਝ ਉਹਦੇ ਵਿੱਚ ਸਾਰੇ ਆਰਟਿਸਟ ਜਿੰਨੇ ਵੀ ਆ ਫਿਲਮ ਦੇ ਵਿੱਚ ਸਾਰਿਆਂ ਦਾ ਉਹਦੇ ਵਿੱਚ ਦੇਣਾ ਆ ਮੈਂ ਸਾਰਿਆਂ ਤੋਂ ਨਵਾਂ ਆ ਤੇ ਮੇਰੇ ਨਾਲ ਸਾਰੇ ਆਲੇ ਦੁਆਲੇ ਸਾਰੇ ਇਸ ਇੰਡਸਟਰੀ ਦੇ ਲੈਜੈਂਡ ਨੇ ਸੋ ਮੇਰੇ ਲਈ ਉਹ ਚੀਜ਼ ਬਹੁਤ ਹੀ ਜ਼ਿਆਦਾ ਮੈਂ ਆਪਦੇ ਆਪ ਨੂੰ ਪ੍ਰਾਊਡ ਫੀਲ ਕਰਦਾ ਹਾਂ ਅਤੇ ਸਭ ਤੋਂ ਵੱਡੀ ਗੱਲ ਮੈਨੂੰ ਸਾਰਿਆਂ ਨੇ ਸਪੋਰਟ ਬੜਾ ਕੀਤਾ ਯੂ ਨੋ ਵੈਨ ਯੂਅਰ ਨਿਊ ਥਿੰਗਸ ਆਰ ਡਿਫਰੈਂਟ ਸੋ ਸਮ ਟਾਈਮ ਇਹ ਹੁੰਦਾ ਵੀ ਤੁਹਾਨੂੰ ਕਈ ਚੀਜ਼ਾਂ ਪਤਾ ਨਹੀਂ ਲੱਗਦੀਆਂ ਐਂਡ ਆਲ ਦੈਟ ਪਰ ਇਟ ਵਾਜ਼ ਵੈਰੀ ਸਪੋਰਟਿਵ ਸਾਰੀ ਫਿਲਮ ਦੇ ਸ਼ੂਟ ਦੇ ਥਰੂ ਐਂਡ ਆਲ ਅਤੇ ਹੁਣ ਟ੍ਰੇਲਰ ਆਇਆ ਜੀ ਅਤੇ ਫਿਲਮ ਜਿੱਦਾਂ ਟ੍ਰੇਲਰ ਆ ਉਦੋਂ ਵਧੀਆ ਫਿਲਮ ਆ ਕ੍ਰੈਡਿਟ ਗੋਜ਼ ਟੂ ਦ ਟੀਮ ਮੈਨੂੰ ਇਹ ਦੱਸੋ ਵੀ ਦੌੜਾਂ ਦੇ ਮੁਕਾਬਲੇ ਬਹੁਤ ਸੁਣਿਆ ਕਬੱਡੀ ਦੇ ਮੁਕਾਬਲੇ ਬਹੁਤ ਸੁਣਿਆ ਮੁੱਛਾਂ ਦੇ ਮੁਕਾਬਲਿਆਂ ਦਾ ਕੀ ਚੱਕਰ ਹੈ ਮੁੱਛਾਂ ਦੇ ਮੁਕਾਬਲੇ ਜਿਹੜੇ ਜ਼ਮਾਨੇ ਦੀ ਮੈਂ ਪੈਦਾ ਜੀ ਉਦੋਂ ਮੁੱਛਾਂ ਦੇ ਮੁਕਾਬਲੇ ਹੁੰਦੇ ਸੀਗੇ ਮੁੱਛ ਜਿਹੜਾ ਉਹ ਹੁਣ ਵੀ ਗਾਣੇ ਗਾਏ ਮੁੱਛ ਦਾ ਸਵਾਲ ਹੈ ਮੁੱਛ ਦੀ ਤਾਂ ਬਹੁਤ ਅਹਿਮੀਅਤ ਹੈ ਪੰਜਾਬ 'ਚ ਖਾਸ ਤੌਰ 'ਤੇ ਮੁੱਛ ਨੂੰ ਵੱਟ ਦੇਣਾ ਇਹ ਮਤਲਬ ਪੰਗਾ ਲੈਣ ਵਾਲੀ ਗੱਲ ਹੈ ਕੋਲ ਨਹੀਂ ਲੰਘਦੇ ਮੁੱਛ ਨੂੰ ਵੱਟਦੇ ਤਾਂ ਡੰਗ ਖੜਕ ਜਾਂਦੀ ਨਹੀਂ ਇਹ ਗੱਲ ਮੁੱਛ ਨਿੱਕੀ ਵੱਡੀ ਹੋਵੇ ਲੇਕਿਨ ਮੁੱਛ ਤਾਂ ਮੁੱਛ ਹੈ ਮੁੱਛ ਦਾ ਸਵਾਲ ਹੈ ਜਿਹੜਾ ਹੁੰਦਾ ਸੀ ਕਿ ਮਰਦ ਉਹ ਜਿਹਦੀ ਮੁੱਛ ਖੜੀ ਹੈ ਮੁੱਛ ਖੜੀ ਰੱਖਣਾ ਬਹੁਤ ਮਾਣ ਦੀ ਗੱਲ ਇੱਜ਼ਤ ਦੀ ਗੱਲ ਤੁਹਾਡੇ ਜਿਹੜਾ ਆਪਣਾ ਪੰਜਾਬ ਦਾ ਸੱਭਿਆਚਾਰ ਇਹਦੇ 'ਚ ਤਾਂ ਮੁੱਛ ਦੀ ਬਹੁਤ ਬਹੁਤ ਅਹਿਮੀਅਤ ਹੈ ਆਪਣੇ ਵੈਸੇ ਸਾਰੇ ਇੰਡੀਆ 'ਚ ਹੀ ਹੈ ਆਪਣੇ ਮੁੱਛ 'ਤੇ ਬਦਾਮ ਰੱਖਣ ਵਾਲਾ ਜਿਹੜਾ ਸੀਨ ਸੀਗਾ ਨਾ ਟ੍ਰੇਲਰ ਦੇ ਵਿੱਚ ਉਹ ਚੀਜ਼ਾਂ ਅਸੀਂ ਤਾਂ ਬਦਾਮ ਹੀ ਰੱਖੇ ਸੀ ਅਸੀਂ ਇਹੋ ਜਿਹੇ ਬਜ਼ੁਰਗ ਦੇਖੇ ਜਿਹੜੇ ਮੁੱਛਾਂ 'ਤੇ ਨਿੰਬੂ ਟਕਾ ਲੈਂਦੇ ਸੀ ਮਤਲਬ ਇੰਨੀਆਂ ਹੈਵੀ ਮੁੱਛਾਂ ਰੱਖਦੇ ਸੀ ਉਹ ਮੁੱਛਾਂ 'ਤੇ ਨਿੰਬੂ ਟਕਾ ਲੈਂਦੇ ਸੀ ਅਤੇ ਸਾਡੇ ਇੰਨੀਆਂ ਹੈਵੀ ਮੁੱਛਾਂ ਰੱਖੀਆਂ ਨਹੀਂ ਸੀ ਉਸ ਵੇਲੇ ਹੋ ਸਕਦਾ ਫਿਰ ਅਗਰ ਇੱਦਾਂ ਦੀ ਫਿਲਮ ਕਰੋ ਕਿ ਤੁਹਾਡੇ ਕੋਲ 6 ਮਹੀਨੇ ਸਾਲ ਹੈਗਾ ਫਿਰ ਉਹ ਵੱਡੀਆਂ ਮੁੱਛਾਂ ਹੋ ਜਾਂਦੀਆਂ ਫਿਰ ਉੱਦਾਂ ਦੀ ਖੇਡਿਆ ਜਾ ਸਕਦਾ ਸੀ ਉਹ ਨਹੀਂ ਸੀ ਫਿਰ ਉੱਥੇ ਉਹ ਬਣਾਇਆ ਗਿਆ ਕਿ ਮੁੱਛ ਦਾ ਕਿਵੇਂ ਕਿਵੇਂ ਕੀਤਾ ਜਾਵੇ ਮੇਰੇ ਬਾਰੇ ਉੱਥੇ ਜਦੋਂ ਮੁੱਛ ਦੀ ਗੱਲ 'ਚ ਹੋਈ ਤਾਂ ਮੇਰੇ ਸਾਹਮਣੇ ਆਸ਼ੀਸ਼ ਦੋ ਗੁਲ ਭਾਅ ਜੀ ਹੁਣ ਆਸ਼ੀਸ਼ ਦੀ ਮੁੱਛ ਭਾਰੀ ਮੇਰੀ ਹਲਕੀ ਉਹਨੂੰ ਫਿਰ ਡਾਇਲੋਗ ਰਾਈਟਰ ਕਿਵੇਂ ਬੈਲੈਂਸ ਕਰਦਾ ਫਿਰ ਉੱਥੇ ਉਹ ਲਾਈਨ ਵੀ ਮੇਰੀ ਹੋਈ ਸੀ ਉਹ ਮੈਂ ਲਿਖਿਆ ਫਿਰ ਮੈਂ ਕਿਹਾ ਯਾਰ ਕਿਵੇਂ ਕਰੀਏ ਮੈਨੂੰ ਕਹਿੰਦੇ ਮਾਨਵ ਭਾਅ ਜੀ ਸੋਈ ਸਾਹਿਬ ਡਾਇਲੋਗ ਲਿਖਦੇ ਰਹੋ ਕਰੋ ਕੁਛ ਮੈਂ ਕਰ ਲੈਂਦਾ ਹੋ ਗਿਆ ਹੋ ਗਿਆ ਇਹ ਮੁੱਛ ਨਹੀਂ ਸਰੀਆ ਸਰੀਆ ਭਾਵੇਂ ਬੋਹੜ ਬੰਨ ਕੇ ਜੋਖ ਲਾ ਦੇਣਾ ਅੱਛਾ ਭਾਅ ਜੀ ਫਿਲਮ ਦੀ ਪੰਚ ਲਾਈਨ ਆ ਕਰੰਟ ਲੱਗਣਗੇ 16 ਨਵੰਬਰ ਨੂੰ ਹਾਂਜੀ ਹਾਂਜੀ ਤੁਹਾਨੂੰ ਜ਼ਿੰਦਗੀ 'ਚ ਕਦੀ ਕਰੰਟ ਲੱਗਿਆ ਮੈਨੂੰ ਲੱਗਿਆ ਇੱਕ ਵਾਰੀ ਹਾਂਜੀ ਹਾਂਜੀ ਮੈਨੂੰ ਸ਼ੌਕ ਮੈਨੂੰ ਕਰੰਟ ਬੰਦਾ ਕਿੱਥੇ ਭੁੱਲਦਾ ਬਾਈ ਨਹੀਂ ਭੁੱਲਦਾ ਕਰੰਟ ਕਈ ਵਾਰੀ ਲੱਗ ਜਾਂਦਾ ਕਈ ਵਾਰੀ ਵੈਸੇ ਹੀ ਕੰਮਾਂ ਕਾਰਾਂ 'ਚ ਲੱਗ ਜਾਂਦਾ ਜੀ ਜਦੋਂ ਬੰਦਾ ਨਿਕਲਦਾ ਸਿਚੁਏਸ਼ਨਸ ਤੋਂ ਕਰੰਟ ਇਜ਼ ਬੋਡੀ ਨੂੰ ਸ਼ੌਕ ਜੀ ਬੋਡੀ ਨੂੰ ਸ਼ੌਕ ਬਹੁਤ ਵਾਰੀ ਪੈਂਦਾ ਬਾਈ ਜ਼ਿੰਦਗੀ ਕੋਈ ਇੱਕ ਐਸਾ ਸ਼ੌਕ ਜਿਹੜਾ ਤੁਹਾਨੂੰ ਲੱਗਾ ਹੋਵੇ ਜਿਹੜਾ ਪੂਰੀ ਜ਼ਿੰਦਗੀ ਨਹੀਂ ਭੁੱਲਣ ਵਾਲਾ ਮੈਂ ਕੰਮ ਕੀਤਾ 2 ਮਹੀਨੇ ਜੀ ਅਤੇ ਮੈਂ ਬੜੇ ਦਿਲੋਂ ਕੰਮ ਕੀਤਾ ਅੱਛਾ ਜੀ ਮੈਨੂੰ ਪੈਸੇ ਨਹੀਂ ਦਿੱਤੇ ਮੈਨੂੰ ਬਾਬਾ ਜੀ ਨੇ ਇੱਕ ਰੂਮ ਦਿੱਤਾ ਗੁਰਦੁਆਰੇ ਵੱਲੋਂ ਤੇ ਉਹ ਰੂਮ ਦੇ ਵਿੱਚ ਮੈਂ ਆਪੇ ਰੋਟੀਆਂ ਲਾਉਣੀਆਂ ਸਿੱਖੀਆਂ ਆਪੇ ਆਟਾ ਗੁੰਨਣਾ ਪਹਿਲੀ ਵਾਰੀ ਉੱਥੇ ਸਿੱਖਿਆ ਸੀਗਾ ਤੇ ਉੱਥੇ ਮੇਰਾ ਪੜੋਸੀ ਸਾਡੇ ਕੈਮਿਸਟਰੀ ਦਾ ਪ੍ਰੋਫੈਸਰ ਸੀ ਤੋ ਉਹ ਮੇਰੇ ਨਾਲ ਚੰਗਾ ਉਹਦੀ ਮੁਹੱਬਤ ਮੈਨੂੰ ਕਹਿੰਦਾ ਗਰਮੀ ਦਾ ਮਹੀਨਾ ਸੀ
ਉਹਦੀ ਉਹਨਾਂ ਦੀ ਜਿਹੜੀ ਪ੍ਰੋਫੈਸਰ ਸਾਹਿਬ ਦੀ ਮੰਮੀ ਉਹ ਬਜ਼ੁਰਗ ਔਰਤ ਉਹ ਪਤਾ ਨਹੀਂ ਕੀ ਤਰਸਾਇਆ ਕਹਿੰਦੀ ਇਹ ਪੁੱਤ ਇੱਧਰ ਆ ਸਾਡਾ ਪੱਖਾ ਚੱਕ ਕੇ ਲੈ ਜਾ ਉਹਨੇ ਮੈਨੂੰ ਪੱਖਾ ਦਿੱਤਾ ਉਹਦੇ 'ਚ ਜਿਹੜਾ ਸ਼ੂ ਸੀਗਾ ਉਹ ਹੈ ਨਹੀਂ ਸੀ ਉਹ ਤਾਰਾਂ ਨੰਗੀਆਂ ਤਾਰਾਂ ਨੰਗੀਆਂ ਸੀ ਤਾਂ ਮੈਂ ਲਿਆ ਕੇ ਉਹ ਲਾਇਆ ਇੱਕ ਤਾਰ ਵਿੱਚ ਫਸਾਤੀ ਦੂਜੀ ਫਸੇ ਨਾ ਉਹ ਇੱਕ ਤਾਰ ਵਿੱਚ ਤਾਂ ਦੂਜੀ ਮੈਂ ਇੱਦਾਂ ਹੀ ਫੜ ਕੇ ਮਰੋੜਨ ਲੱਗਿਆ ਮਾਰਿਆ ਵਗਾ ਗਿਆ ਪਿੱਛੇ ਕੁਰਸੀ 'ਤੇ ਉਹ ਮੇਰੀ ਚੀਖ ਸੁਣੀ ਜਿਹੜੀ ਪ੍ਰੋਫੈਸਰ ਸਾਹਿਬ ਦੀ ਮੰਮੀ ਸੀ ਉਹ ਆਈ ਆ ਕੇ ਮੈਨੂੰ ਦੇਖ ਕੇ ਬਈ ਮੁੰਡਾ ਬਚ ਗਿਆ ਠੀਕ ਹੈ ਫਿਰ ਜਾ ਕੇ ਆਪਣੇ ਪੁੱਤ ਦੀ ਪ੍ਰੋਫੈਸਰ ਸਾਹਿਬ ਦੀ ਉਹ ਤੈ ਲਾਈ ਤੂੰ ਨਹੀਂ ਸੀ ਜਾ ਸਕਦਾ ਤੂੰ ਖੁਦ ਮੁੰਡੇ ਦਾ ਪੱਖਾ ਚਾਲੂ ਕਰਕੇ ਦੇਣਾ ਸੀ ਉਹ ਮੇਰੇ ਜ਼ਿੰਦਗੀ ਭਰ ਯਾਦ ਰਹਿੰਦਾ ਮੇਰੇ ਵੀ ਕੂਲਰ ਤੋਂ ਲੱਗਿਆ ਮੈਨੂੰ ਵੀ ਕਿਹਾ ਇੱਕ ਵਾਰੀ ਹੱਥ ਲੱਗ ਗਿਆ ਸੀ ਮੇਰੇ ਬਜ਼ੁਰਗ ਔਰਤ ਉਹਨੇ ਦੇਖਿਆ ਸੀ ਬਈ ਪਰ ਆਡੀਅੰਸ ਨੂੰ ਐਦਕੀ ਕਰੰਟ ਲੱਗਣ ਵਾਲਾ ਲਾਟੂ ਫਿਲਮ ਦੇ ਕੇ ਤੇ ਭਾਈ ਲਾਟੂ ਦੀ ਹੀ ਗੱਲ ਕਰਦੇ ਹਾਂ ਲਾਟੂ ਫਿਲਮ ਦਾ ਜੋ ਕਨਸੈਪਟ ਸੀਗਾ ਹਨਾ ਤੁਸੀਂ ਆਪਣੇ ਆਪ ਨੂੰ ਉਸ ਕਨਸੈਪਟ ਦੇ ਹਿਸਾਬ ਨਾਲ ਪ੍ਰੀਪੇਅਰ ਕੀਤਾ ਕਿਉਂਕਿ ਇੱਕ ਪੀਰੀਅਡ ਮੂਵੀ ਹਨਾ ਹਾਂਜੀ ਉਸ ਦੌਰ 'ਚ ਜਾਣਾ ਉਹ ਤੁਹਾਡੇ ਵਾਸਤੇ ਕਿੰਨਾ ਔਖਾ ਸੀਗਾ ਔਖਾ ਕਾਫੀ ਸੀਗਾ ਜੀ ਕਿਉਂਕਿ ਮੈਂ ਕਦੇ ਉਹ ਦੌਰ ਦੀ ਕੋਈ ਚੀਜ਼ ਕੀਤੀ ਨਹੀਂ ਸੀ ਅਤੇ ਕਿਉਂਕਿ ਮੈਂ ਅੱਜ ਦੀਆਂ ਚੀਜ਼ਾਂ ਗਾਉਣਾ ਜੀ ਠੀਕ ਹੈ ਜੀ ਅਤੇ ਉਹਦੇ ਵਿੱਚੋਂ ਉੱਥੇ ਜਾਣਾ ਵਾਜ਼ ਕੁਆਇਟ ਡਿਫੀਕਲਟ ਪਰ ਮੈਂ ਉਹਦੇ 'ਤੇ ਫਿਲਮ ਤੋਂ ਪਹਿਲਾਂ ਕੰਮ ਬਹੁਤ ਕੀਤਾ ਜੀ ਸੋ ਮੈਂ ਮੈਨੂੰ ਕਾਫੀ ਟਾਈਮ ਮੈਂ ਮੈਨੂੰ ਲੱਗਦਾ ਇੱਕ ਮਹੀਨਾ ਮੈਂ ਕਮਰੇ 'ਚ ਹੀ ਰਿਹਾ ਦੇ ਕੈਪਟ ਮੀ ਇਨ ਦ ਰੂਮ ਸੋ ਕਲਾਸਿਸ ਵਗੈਰਾ ਜਾਂ ਆਹ ਜਿਹੜੀ ਚੀਜ਼ ਪਾਈ ਹੋਈ ਹੈ ਇਹ ਪਾ ਕੇ ਰਹਿਣਾ ਕਿਉਂਕਿ ਇਹਨੂੰ ਕੈਰੀ ਕਰਨਾ ਵੀ ਆਉਂਦਾ ਹੋਣਾ ਚਾਹੀਦਾ ਬੰਦੇ ਨੂੰ ਪਾ ਕੇ ਚਾਦਰਾ ਫਿਰੇ ਅਤੇ ਤੁਰੇ ਦੂਜੇ ਤਰੀਕੇ ਨਾਲ ਇਹ ਚੀਜ਼ਾਂ ਨਹੀਂ ਨਾ ਹੁੰਦੀਆਂ ਮਤਲਬ ਤੁਹਾਡਾ ਬਹਿਣ ਦਾ ਸਟਾਈਲ ਤੁਹਾਡਾ ਨੈਚੁਰਲ ਚੀਜ਼ਾਂ ਸਾਰੀਆਂ ਜਿਹੜੀਆਂ ਉਹ ਵਰਕਆਊਟ ਹੁੰਦੀਆਂ ਸੋ ਕਾਫੀ ਜ਼ਿਆਦਾ ਇਸ 'ਤੇ ਵਰਕ ਕੀਤਾ ਔਰ ਉਹ ਮੇਰੇ ਕੰਮ ਆਇਆ ਪਹਿਲਾਂ ਮੈਂ ਸੋਚਦਾ ਸੀ ਯਾਰ ਕੀ ਆ ਇਹ ਪਰ ਉਹ ਮੇਰੇ ਵਾਕਈ ਬਹੁਤ ਕੰਮ ਆਇਆ ਔਰ ਫਿਲਮ ਇੱਦਾਂ ਨਿਕਲੀ ਫਿਰ ਬਿਲਕੁਲ ਕਿਉਂਕਿ ਕੰਮ ਕੀਤਾ ਹੋਇਆ ਸੀਗਾ ਸਰਦਾਰ ਸਾਹਿਬ ਮਤਲਬ ਜਿੱਦਾਂ ਤੁਸੀਂ ਤਾਂ ਕਾਫੀ ਹੱਦ ਤੱਕ ਉਹ ਦੌਰ ਦੇਖਿਆ ਹਨਾ ਤਾਂ ਆਪਣੇ ਵੱਲੋਂ ਵੀ ਫਿਲਮ ਦੇ ਵਿੱਚ ਇਨਪੁਟਸ ਜਾਂਦੀਆਂ ਸੀਗੀਆਂ ਵੀ ਇੱਥੇ ਇੱਦਾਂ ਨਹੀਂ ਕਰਦੇ ਲਾਜ਼ਮੀ ਹੈ ਸੀਨੀਅਰ ਆ ਉੱਥੇ ਆਲੇ ਦੁਆਲੇ ਡਾਇਰੈਕਟਰ ਸਾਹਿਬ ਵੀ ਰਾਈਟਰ ਮਾਂ ਵੀ ਉਹ ਵੀ ਉਹਨੂੰ ਵੀ ਪਤਾ ਕਿਉਂਕਿ ਮੈਂ ਵੀ 5-6 ਫਿਲਮਾਂ ਦੇ ਡਾਇਲੋਗ ਲਿਖੇ ਨੇ ਔਰ ਉਹ ਇਨਪੁੱਟ ਵੈਸੇ ਵੀ ਜਿੱਥੇ ਤੁਹਾਡੀ ਇੱਕ ਟੀਮ ਜਦੋਂ ਕੰਮ ਕਰਦੀ ਹੈ ਉੱਥੇ ਅਗਰ ਤੁਹਾਨੂੰ ਕੁਛ ਆਉਂਦਾ ਕੁਛ ਪਤਾ ਉਸ ਜ਼ਮਾਨੇ ਦਾ ਤਾਂ ਲਾਜ਼ਮੀ ਤੁਸੀਂ ਇਨਪੁੱਟ ਦਿਓ ਜੇ ਵੈਲਕਮ ਕਰਦਾ ਵੈਲ ਐਂਡ ਗੁੱਡ ਨਹੀਂ ਕਰਦਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਉਹ ਕਰਨਾ ਚਾਹੀਦਾ ਨਹੀਂ ਤਾਂ ਕਾਫੀ ਕੁਛ ਹੋਇਆ ਉੱਥੇ ਇੱਦਾਂ ਦਾ ਜਿਹੜਾ ਮਾਨਵ ਨੇ ਖਿੜੇ ਮੱਥੇ ਹਾਂਜੀ ਸੋਹੀ ਸਾਹਿਬ ਵਧੀਆ ਜੀ ਵਧੀਆ ਡਾਇਰੈਕਟਰ ਅਸੈਪਟ ਵੀ ਕਰ ਲਓ ਵੀ ਉਹ ਵੀ ਜ਼ਰੂਰੀ ਹੁੰਦਾ ਹੈ ਆਪਣੇ ਵੱਲੋਂ ਆਈਡੀਆ ਦੇ ਦਿੱਤਾ ਨਹੀਂ ਕਈ ਵਾਰੀ ਇਹ ਵੀ ਹੁੰਦਾ ਕਿ ਨਹੀਂ ਉਹ ਨਹੀਂ ਜਾਂਦਾ ਸਾਨੂੰ ਉਹ ਥੋੜ੍ਹੇ ਲੱਗਦਾ ਹੁੰਦਾ ਕਿ ਆਹ ਗੱਲ ਕਹਿ ਦਈਏ ਮਨ 'ਚ ਆਈ ਕਹਿ ਦਈਏ ਪਰ ਫਿਲਮ 'ਚ ਫਿੱਟ ਹੁੰਦੀ ਹੈ ਨਹੀਂ ਹੁੰਦੀ ਉਹ ਫਾਈਨਲ ਡਿਸੀਜ਼ਨ ਡਾਇਰੈਕਟਰ ਦਾ ਹੀ ਹੁੰਦਾ ਔਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਲਾਟੂ ਫਿਲਮ ਦੀ ਸਟਾਰਕਾਸਟ ਨਾਲ ਕਾਫੀ ਚੀਜ਼ਾਂ ਐਸੀਆਂ ਹੈ ਜਿਹੜੀਆਂ ਬਹੁਤ ਜ਼ਿਆਦਾ ਇੰਟਰਸਟਿੰਗ ਆ ਉਹ ਮੈਂ ਜ਼ਰੂਰ ਪੁੱਛ ਕੇ ਹੀ ਭੇਜੂੰਗਾ ਇਹਨਾਂ ਨੂੰ ਇੱਦਾਂ ਮੈਂ ਭੇਜਣ ਨਹੀਂ ਲੱਗਾ ਸੋ ਬਹੁਤ ਸਾਰੀਆਂ ਗੱਲਾਂ ਕਰਨੀਆਂ ਪੀਟੀਸੀ ਸ਼ੋਕੇਸ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਬਹੁਤ ਬਹੁਤ ਵੈਲਕਮ ਹੈ ਜੀ ਪੀਟੀਸੀ ਸ਼ੋਕੇਸ ਦੇ ਵਿੱਚ ਚਾਵਾਂ ਚੂਹਾਂ ਪੀ ਗਏ ਆਪਾਂ ਮੈਂ ਜੀ ਪੂਰੇ ਜਗ ਗਏ ਇਸ ਟਾਈਮ ਅਤੇ ਜਗਣ ਜਗਾਉਣ ਦੀਆਂ ਗੱਲਾਂ ਤੁਹਾਨੂੰ ਪਤਾ ਮੈਂ ਕਿਉਂ ਕਰ ਰਿਹਾ ਲਾਟੂ ਫਿਲਮ ਦੀ ਸਟਾਰਕਾਸਟ ਸਾਡੇ ਨਾਲ ਅਤੇ ਸਰਦਾਰ ਸਾਹਿਬ ਲਾਟੂ ਇੱਕ ਐਸਾ ਕੋਨਸੈਪਟ ਸੀਗਾ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਬਿਜਲੀ ਮਤਲਬ ਇੱਕ ਖਾਬ ਹੁੰਦੀ ਸੀ ਲੋਕਾਂ ਵਾਸਤੇ ਹੈ ਨਾ ਉਹ ਜ਼ਮਾਨਾ ਤੁਸੀਂ ਵੀ ਵੇਖਿਆ ਬਿਲਕੁਲ ਦੇਖਿਆ ਉਹ ਜ਼ਮਾਨੇ ਨੇ ਕਾਫੀ ਕੁਛ ਜਦੋਂ ਨਵੀਂ ਨਵੀਂ ਬਿਜਲੀ ਆਈ ਲੋਕ ਡਰਦੇ ਸੀ ਬਿਜਲੀ ਤੋਂ ਕਈਆਂ ਨੂੰ ਬਿਲਕੁਲ ਪਤਾ ਹੀ ਨਹੀਂ ਸੀ ਬਿਜਲੀ ਕੀ ਹੁੰਦੀ ਹੈ ਉਹਦੇ 'ਚ ਨੁਕਸਾਨ ਵੀ ਹੋਇਆ ਕਾਫੀ ਲੋਕਾਂ ਦਾ ਅੱਛਾ ਜੀ ਮੇਰੇ ਪਿੰਡ ਤੋਂ ਥੋੜ੍ਹੀ ਦੂਰ ਸ਼ੇਰਪੁਰ ਆ ਸਾਡੇ ਉੱਥੇ ਮੈਟ੍ਰਿਕ ਤੱਕ ਉੱਥੇ ਪੜ੍ਹੇ ਹਾਂ ਅਸੀਂ 8ਵੀਂ ਪਿੰਡ ਸੀ ਉੱਥੇ ਗਿਆ ਤਾਂ ਪਹਿਲੇ ਦਿਨ ਜਿੱਦਣ ਮੈਂ ਮੇਰੇ ਭੂਆ ਦੇ ਘਰ ਗਿਆ ਉੱਥੇ ਦੁਪਹਿਰੇ ਰੋਟੀ ਖਾਧੀ ਤਾਂ ਟੇਬਲ ਫੈਨ ਸਾਹਮਣੇ ਰੱਖ ਕੇ ਮੈਨੂੰ ਭੂਆ ਨੇ ਰੋਟੀ ਖਵਾਈ ਮੈਂ ਪਿੰਡ ਆ ਕੇ ਗੱਲ ਅਸੀਂ ਤਾਂ ਅਜੇ ਬੜਾ ਅਜੇ ਨਜ਼ਾਰਾ ਆ ਗਿਆ ਰੋਟੀ ਖਾਣ ਹਾਂ ਗਰਮੀ ਗਰਮੀ ਬਹੁਤ ਸੀ ਨਜ਼ਾਰਾ ਆਏ ਤੇ ਮੈਂ ਭੂਆ ਨੇ ਪੱਖਾ ਦਾ ਮੂੰਹ ਮੇਰੇ ਵੱਲ ਕਰਤਾ ਇੱਦਾਂ ਦਾ ਘੁੰਮਦਾ ਸੀ ਪੱਖਾ ਮੈਂ ਰੋਟੀ ਖਾਧੀ ਉੱਥੇ ਉਹ ਗੱਲਾਂ ਯਾਦ ਰਹਿੰਦੀਆਂ ਅਤੇ ਭਾਅ ਜੀ ਤੁਸੀਂ ਤਾਂ ਬਾਹਰ ਹੀ ਰਹੇ ਹੋ ਵੈਸੇ ਬੱਤੀ ਬੁੱਤੀ ਗਈ ਵਾਲੇ ਜਿਹੜੇ ਦੁੱਖ ਨੇ ਤੁਸੀਂ ਵੀ ਚੱਲੇ ਆ ਘੱਟ ਲੱਗਦੇ ਆ ਪਿੰਡਾਂ ਦੇ ਵਿੱਚ ਲੱਗਦੇ ਸੀ ਹੁਣ ਤਾਂ ਚਲੋ ਘੱਟ ਲੱਗਦੇ ਆ ਪਰ ਪਹਿਲਾਂ ਬਹੁਤ ਲੱਗਦੇ ਸੀ ਔਰ ਲਾਈਟ ਦਾ ਬਹੁਤ ਵੱਡਾ ਬਹੁਤ ਵੱਡੀ ਤੁਹਾਡੇ ਤੁਹਾਡੀ ਲਾਈਫ ਨਾਲ ਜੁੜੀ ਹੋਈ ਚੀਜ਼ ਆ ਇਹ ਜੀ ਐਂਡ ਮੈਨੂੰ ਇਹ ਫਿਲਮ ਕਰਕੇ ਪਤਾ ਲੱਗਿਆ ਵੀ ਲਾਈਟ ਤੋਂ ਬਿਨਾਂ ਜ਼ਿੰਦਗੀ ਕਿੱਦਾਂ ਦੀ ਹੁੰਦੀ ਸੀ ਨਾ ਤੁਸੀਂ ਇਮੈਜਿਨ ਕਰ ਸਕਦੇ ਹੋ ਜੇ ਉਸ ਜ਼ਮਾਨੇ ਦੇ ਵਿੱਚ ਪੈਦਾ ਹੁੰਦੇ ਤਾਂ ਹੁਣ ਸੋਚ ਰਹੇ ਹਾਂ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਤੁਹਾਡੇ ਸਾਧਨ ਕਿੱਦਾਂ ਦੇ ਹੁੰਦੇ ਚੀਜ਼ਾਂ ਹੈ ਨਾ ਲਾਈਟ ਦੇ ਨਾਲ ਬਹੁਤ ਜੁੜੀਆਂ ਹੋਈਆਂ ਸੀ ਸੋਹੀ ਸਾਹਿਬ ਸਿੰਗਰ ਹੋ ਤੁਸੀਂ ਗਾਣਾ ਸੁਣਿਆ ਪੁਰਾਣੇ ਜ਼ਮਾਨੇ ਦਾ ਅਸਰ ਸਿੰਘ ਮਸਤਾਨਾ ਦਾ ਕਿਹੜਾ ਜੀ ਲਾਈਟ ਤੇ ਲਾਈਟ ਪਾਖੜੇ ਤੋਂ ਆਉਂਦੀ ਇੱਕ ਮੁਟਿਆਰ ਨਾ ਕੱਚ ਨਾਲ ਗੋਰੀ
ਕੰਨ ਨਾਲ ਗੋਰੀ ਉੱਤੇ ਚੁੰਨੀ ਸੱਚੇ ਕੱਚ ਦੀ ਭਾਗੜੇ ਤੋਂ ਆਉਂਦੀ ਮੋਟੇ ਆਲਾ ਮਤਲਬ ਵੀ ਉਸ ਜ਼ਮਾਨੇ ਦੀਆਂ ਗੱਲਾਂ ਹਾਂਜੀ ਹਾਂਜੀ ਹੁਣ ਇਹਦੇ ਵਿੱਚ ਵੀ ਇਹ ਬੜਾ ਇਹਦੇ ਵਿੱਚ ਹਾਸਾ ਵੀ ਬਹੁਤ ਆ ਫਿਲਮ 'ਚ ਜੀ ਕਾਮੇਡੀ ਬਹੁਤ ਆ ਜੀ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਸੀ ਲਾਈਟ ਕੀ ਹੁੰਦੀ ਆ ਹੁਣ ਜਿਹੜੇ ਹਿਸਾਬ ਨਾਲ ਲੋਕਾਂ ਨੇ ਉੱਥੇ ਕਿਹਾ ਵੀ ਇਹਦੇ 'ਚ ਭੂਤਾਂ ਹੁੰਦੀਆਂ ਇਹਦੇ 'ਚ ਤਾਂ ਫਲਾਨਾ ਹੁੰਦਾ ਦਿਸ ਹੁੰਦਾ ਹੁਣ ਉਹ ਇੱਕ ਇਹੋ ਜਿਹੀ ਕਾਮੇਡੀ ਆ ਵੀ ਲੋਕੀ ਹੱਸਣਗੇ ਬਹੁਤ ਸੀਨ ਆ ਇਹਨੂੰ ਲਾਟੂ ਕਹਿੰਦੇ ਆ ਮੈਂ 65 'ਚ ਮੈਟ੍ਰਿਕ ਕੀਤੀ ਅੱਛਾ ਜੀ ਮੈਟ੍ਰਿਕ ਤੱਕ ਮੈਂ ਮੇਰੇ ਕੋਲ ਮਿਲਕੀ ਲੈਂਪ ਹੁੰਦਾ ਸੀਗਾ ਅੱਛਾ ਜੀ ਉਹ ਮੁੰਡੇ ਆਲੇ ਦੁਆਲੇ ਇਕੱਠੇ ਹੁੰਦੇ ਮੇਰੇ ਕੋਲ ਪੜ੍ਹਦੇ ਹੁੰਦੇ ਸੀ ਸਾਡੇ ਸਾਂਝਾ ਇੱਕ ਜਗ੍ਹਾ ਬਣਾ ਲਈ ਇੱਕ ਸੇਠਾਂ ਦਾ ਮੁੰਡਾ ਸੀ ਉਹਨਾਂ ਦੇ ਚੁਬਾਰੇ 'ਚ ਪੜ੍ਹਦੇ ਹੁੰਦੇ 4-5 ਮੁੰਡੇ ਉਹ ਲੈਂਪ ਕਰਕੇ ਇਹ ਮਿਲਕੀ ਲੈਂਪ ਹੈ ਲਾਈਟ ਬਹੁਤ ਸੋਹਣੀ ਹੁੰਦੀ ਹੈ ਅਤੇ ਉੱਥੇ ਇਕੱਠੇ ਪੜ੍ਹਦੇ ਸੀ ਉਹ 65 'ਚ ਸਾਡੇ ਪਿੰਡ ਲਾਈਟ ਨਹੀਂ ਸੀ ਹੈਗੀ ਬਹੁਤ ਭਾਅ ਜੀ ਕੁੜੀ ਪਿੱਛੇ ਮਤਲਬ ਮੀਟਰ ਲਵਾਉਣ ਵਾਲੀ ਗੱਲ ਹੈ ਨਾ ਬਿਜਲੀ ਲਿਆਉਣ ਵਾਲੀ ਗੱਲ ਇਹ ਜਿਹੜਾ ਕਨਸੈਪਟ ਸੀਗਾ ਹਾਂਜੀ ਸੋ ਮਤਲਬ ਤੁਹਾਨੂੰ ਕਿੰਨਾ ਕੁ ਡਿਫਰੈਂਟ ਲੱਗਾ ਇਹ ਕਨਸੈਪਟ ਕਿ ਮਤਲਬ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਅੱਜ ਦੀ ਜਨਰੇਸ਼ਨ ਨਾਲ ਗੱਲ ਕਰੀਏ ਹੈ ਨਾ ਵੀ ਉਹਨਾਂ ਲਈ ਉਹ ਚੀਜ਼ ਸ਼ਾਇਦ ਬਹੁਤ ਅਲੱਗ ਹੋਊਗੀ ਕਿ ਯਾਰ ਕਿਸੇ ਟਾਈਮ 'ਤੇ ਬੱਤੀ ਵੀ ਨਹੀਂ ਸੀ ਹੁੰਦੀ ਹੈ ਨਾ ਅਤੇ ਤੁਹਾਨੂੰ ਕੀ ਲੱਗਾ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਕਿੰਨਾ ਕੁ ਮਤਲਬ ਮੈਨੂੰ ਬਿਲਕੁਲ ਟੋਟਲੀ ਡਿਫਰੈਂਟ ਲੱਗਿਆ ਜੀ ਕੋਨਸੈਪਟ ਜਦੋਂ ਮੈਂ ਪਹਿਲੀ ਵਾਰੀ ਸੁਣਿਆ ਮੈਨੂੰ ਅੱਜ ਵੀ ਚੇਤਿਆ ਮਾਨਵ ਬਾਈ ਨੇ ਮੈਨੂੰ ਸੁਣਾਇਆ ਸੀ ਆਸਟ੍ਰੇਲੀਆ ਅਸੀਂ ਗੱਡੀ 'ਚ ਟਰੈਵਲ ਕਰ ਰਹੇ ਸੀ ਅਸੀਂ ਉੱਥੇ ਕਿਸੇ ਹੋਰ ਫਿਲਮ ਲਈ ਗਏ ਸੀਗੇ ਅੱਛਾ ਜੀ ਉੱਥੇ ਮਾਨਵ ਬਾਈ ਨੇ ਮੈਨੂੰ ਇਹ ਸਟੋਰੀ ਸੁਣਾਈ ਓਕੇ ਆਪਾਂ ਉਹ ਫਿਲਮ ਬੰਦ ਕਰਕੇ ਇੱਥੇ ਆ ਕੇ ਲਾਟੂ ਸ਼ੁਰੂ ਕਰਤੀ ਹਾਂਜੀ ਹਾਂਜੀ ਉਦੋਂ ਬਾਅਦ ਉੱਥੇ ਉਹ ਫਿਲਮ 'ਤੇ ਅਸੀਂ ਕੰਮ ਹੀ ਨਹੀਂ ਕੀਤਾ ਅੱਛਾ ਜੀ ਅਤੇ ਇੰਡੀਆ ਆਏ ਇੰਡੀਆ ਆ ਕੇ ਸਭ ਤੋਂ ਪਹਿਲਾਂ ਲਾਟੂ ਨੂੰ ਪ੍ਰਿਪੇਅਰ ਕਰਕੇ ਲਾਟੂ ਨੂੰ ਅਸੀਂ ਐਗਜੀਕਿਊਟ ਕੀਤਾ ਕਿਉਂਕਿ ਇਹ ਸਬਜੈਕਟ ਮਤਲਬ ਇਹ ਇੱਕ ਇਹੋ ਜਿਹਾ ਟੋਪਿਕ ਹੈ ਜਿਹੜਾ ਸਾਰੇ ਦੇਖਣਾ ਚਾਹੁੰਦੇ ਆ ਜੀ ਵੀ ਕਿੱਦਾਂ ਦੀ ਕਿਵੇਂ ਲਾਈਟ ਕੀ ਸੀਗੀ ਕਿਵੇਂ ਲਿਆਂਦੀ ਗਈ ਰਿਐਲਿਟੀ 'ਚ ਜੀ ਕਿੱਦਾਂ ਲਿਆਂਦੀ ਗਈ ਅਸੀਂ ਕੋਈ ਫਿਲਮ ਦੇ ਵਿੱਚ ਸ਼ਕਤੀਮਾਨ ਬਣ ਕੇ ਲਾਈਟ ਨਹੀਂ ਲੈ ਕੇ ਅਸਲੀ ਲੈ ਕੇ ਆਏ ਹਾਂ ਵੀ ਅੰਦਾਜ਼ਾ ਲਾ ਲਓ ਹਾਂਜੀ ਵੀ ਮਤਲਬ ਵੀ ਐਂ ਘੁਮਾਇਆ ਅਤੇ ਲਾਈਟ ਆ ਗਈ ਹੈ ਨਾ ਜਿਵੇਂ ਸਾਇੰਟੀਫਿਕ ਫਿਲਮਾਂ ਹੁੰਦੀਆਂ ਕੋਈ ਸਾਡੀ ਤਾਂ ਰਿਐਲਿਟੀ ਫਿਲਮ ਦੇ ਵਿੱਚ ਕਿੱਦਾਂ ਖੰਭੇ ਲੱਗੇ ਜੀ ਕਿੱਦਾਂ ਤਾਰਾਂ ਆਈਆਂ ਕਿੱਦਾਂ ਜੀ ਚੀਜ਼ਾਂ ਜਿਹੜੀਆਂ ਆਪਾਂ ਵਿੱਚ ਉਹਦੇ ਕੀਤੀਆਂ ਵਾ ਉਹ ਰਿਐਲਿਟੀ ਬੇਸਡ ਚੀਜ਼ਾਂ ਨੇ ਫਿਲਮ ਦੇ ਵਿੱਚ ਤੁਸੀਂ ਬਹੁਤ ਕੱਬਾ ਸਭਾ ਚੱਕੀ ਫਿਰਦੇ ਹੋ ਨਾ ਰੀਅਲ ਲਾਈਫ ਦੇ ਵਿੱਚ ਕਿੱਦਾਂ ਦਾ ਮਤਲਬ ਕੈਰੈਕਟਰ ਹੈਗਾ ਇਹਨਾਂ ਤੋਂ ਨਾ ਪੁੱਛੋ ਇਹ ਦੂਜੇ ਤੋਂ ਪੁੱਛੀ ਹਾਂ ਇਹ ਤਾਂ ਤੁਸੀਂ ਦੱਸ ਦਿਓ ਨਹੀਂ ਵੈਸੇ ਮੈਂ ਐਕਸਪੀਰੀਅੰਸ ਦੱਸ ਸਕਦਾ ਮਤਲਬ ਰੀਅਲ ਲਾਈਫ ਦੇ ਵਿੱਚ ਵੀ ਇੰਨਾ ਗੁੱਸਾ ਕਰਦੇ ਹੋ ਮੈਂ ਇਹ ਪੁੱਛਣਾ ਚਾਹੁੰਦਾ ਕਿਉਂਕਿ ਨਿਕਲਦਾ ਤਾਂ ਬੰਦੇ ਦਾ ਨੈਚੁਰਲੀ ਹੈ ਨਾ ਨਹੀਂ ਨਹੀਂ ਉਹ ਜਿਹੜੀ ਪੜਾਸ ਹੈ ਕੈਮਰੇ ਸਾਹਮਣੇ ਨਿਕਲ ਜਾਂਦੀ ਹੈ ਜਿਹੜੀ ਘਰ ਨਹੀਂ ਕੱਢ ਸਕਦਾ ਬੰਦਾ ਕੈਮਰੇ ਅੱਗੇ ਨਹੀਂ ਕੈਮਰੇ ਬਹੁਤ ਕੁਛ ਇਹੋ ਜਿਹਾ ਹੁੰਦਾ ਅਸੀਂ ਐਕਟਰ ਜ਼ਿੰਦਗੀ ਦੇ ਮਾਹਨਿਆਂ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਹੁੰਦੇ ਹਾਂ ਇਸ ਕਰਕੇ ਜਿਹੜੇ ਗੁੱਸੇ ਗਿਲੇ ਨੇ ਉਹ ਸਰ ਅਗਰ ਕੁਛ ਹੁੰਦਾ ਵੀ ਅੰਦਰ ਤਾਂ ਉਹ ਸਾਡੇ ਕੋਲ ਬਹੁਤ ਵਧੀਆ ਇੱਕ ਤਰੀਕਾ ਹੈ ਕਿ ਸਾਨੂੰ ਇਹ ਬਖਸ਼ਿਸ਼ ਹੈ ਪਰਮਾਤਮਾ ਵੱਲੋਂ ਕਿ ਸਾਡਾ ਇਹ ਸਾਰਾ ਕੁਛ ਪੂਰਾ ਹੋ ਜਾਂਦਾ ਕੈਮਰੇ ਦੇ ਸਾਹਮਣੇ ਸਾਨੂੰ ਜ਼ਿੰਦਗੀ 'ਚ ਉਹ ਕੁਛ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਔਰ ਖਾਸ ਤੌਰ 'ਤੇ ਜਿਹੜੇ ਨੈਗੇਟਿਵ ਰੋਲ ਖੇਡਦੇ ਆ ਉਹ ਜ਼ਿਆਦਾਤਰ ਤੁਹਾਨੂੰ ਬੰਦੇ ਉਹ ਵਧੀਆ ਮਿਲਣਗੇ ਨੈਗੇਟਿਵ ਰੋਲ ਖੇਡਣ ਵਾਲੇ ਇੱਕ ਅੱਧ ਨੂੰ ਛੱਡ ਕੇ ਜ਼ਿਆਦਾਤਰ ਅੱਛੇ ਬੰਦੇ ਮਿਲਣਗੇ ਨੈਗੇਟਿਵ ਰੋਲ ਖੇਡਣਾ ਥੋੜ੍ਹੀ ਪੜਾਸ ਵਗੈਰਾ ਤਾਂ ਨਿਕਲ ਜਾਂਦੀ ਹੈ ਜੇ ਅਗਰ ਅਗਰ ਕਿਧਰੇ ਹੁੰਦੀ ਵੀ ਕਿਸੇ ਕੋਨੇ 'ਚ ਪਈ ਮੈਂ ਤਾਂ ਅਕਸਰ ਕਹਿੰਦਾ ਹੁੰਦਾ ਜਿਹੜਾ ਜਿਹੜਾ ਵਿਲਨ ਹੈ ਨਾ ਉਹ ਸਮਾਜ ਦਾ ਹੀ ਸ਼ੀਸ਼ਾ ਹੁੰਦਾ ਸਮਾਜ ਨੂੰ ਦਿਖਾਉਣਾ ਉਹ ਸਾਡੇ ਜਿਹੜੇ ਮੇਰੇ ਵਰਗੇ ਜਿਵੇਂ ਨੈਗੇਟਿਵ ਰੋਲ ਕਰਦਾ ਜਾਂ ਆਕੜ ਖੋਰੇ ਰੋਲ ਕਰਦਾ ਉਹ ਸਮਾਜ ਦੇ ਵਿੱਚ ਇਹ ਜਿਹੜਾ ਕੂੜ ਹੈ ਜਿਹੜਾ ਗੰਦ ਹੈ ਉਹਨੂੰ ਸਾਡੇ ਦੁਆਰਾ ਲੋਕਾਂ ਤੱਕ ਦਿਖਾਇਆ ਜਾਂਦਾ ਆਹ ਵੀ ਹੋ ਰਿਹਾ ਸਮਾਜ 'ਚ ਉਹ ਇਸ ਕਰਕੇ ਮੈਂ ਦਰਸ਼ਕਾਂ ਨੂੰ ਕਹਿੰਦਾ ਰਹਿਣਾ ਵੀ ਸਾਡੇ ਵਾਸਤੇ ਵੀ ਕਦੇ ਕਦੇ ਤਾੜੀਆਂ ਮਾਰਦਿਆ ਕਰੋ ਨਹੀਂ ਦੋ ਚੀਜ਼ਾਂ ਜਿਵੇਂ ਸੋਹੀ ਸਾਹਿਬ ਦੀ ਪਰਸਨੈਲਿਟੀ ਤੁਸੀਂ ਕੁਐਸਚਨ ਕੀਤਾ ਦੋ ਚੀਜ਼ਾਂ ਆ ਸੋਹੀ ਸਾਹਿਬ ਨੂੰ ਦੇਖ ਕੇ ਡਰ ਲੱਗਦਾ ਮਿਲ ਕੇ ਪਿਆਰ ਆਉਂਦਾ ਠੀਕ ਹੈ ਦੋ ਚੀਜ਼ਾਂ ਦੇ ਕਿਉਂਕਿ ਉਹਨਾਂ ਦੀ ਪਰਸਨੈਲਿਟੀ ਇਹੋ ਜਿਹੀ ਉਹਨਾਂ ਲਈ ਧਿਆਨ ਨਾਲ ਦੇਖੋ ਮਾੜਾ ਜਿਹਾ ਤਿਉੜੀ ਪਾ ਕੇ ਦੇਖ ਲੈਣਾ ਤੁਸੀਂ ਉੱਥੇ ਜਾਓਗੇ ਟੇਡੀ ਪੱਗ ਵਾਲੇ ਗੱਲਾਂ ਮਾਰ ਕੇ ਤੁਹਾਨੂੰ ਪਿਆਰ ਆਉਂਦਾ ਜੀ ਸਹੀ ਗੱਲ ਅੱਛਾ ਵੈਸੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੁਣ ਲੋੜ ਨਹੀਂ ਹੈ ਨਾ ਵੈਸੇ ਹਰ ਫਿਲਮ 'ਚੋਂ ਤੁਸੀਂ ਕੁਛ ਨਾ ਕੁਛ ਸਿੱਖਦੇ ਹੋ ਓਬਵੀਅਸਲੀ ਪਰ ਤੁਸੀਂ ਹੁਣ ਇੰਨੀਆਂ ਫਿਲਮਾਂ ਕਰ ਲਈਆਂ ਪਰ ਇਸ ਫਿਲਮ ਦੇ ਵਿੱਚ ਕੀ ਐਸਾ ਸੀਗਾ ਵੀ ਤੁਹਾਨੂੰ ਵੀ ਚੈਲੰਜਿੰਗ ਲੱਗਾ ਜਿਹੜਾ ਸਬਜੈਕਟ ਸੀ ਇਹ ਮੇਰੇ ਜ਼ਮਾਨੇ ਦਾ ਸਬਜੈਕਟ ਹੈ ਮੈਨੂੰ ਇਹ ਖੇਡਣਾ ਆਸਾਨ ਵੀ ਲੱਗਿਆ ਔਰ ਉਹ ਦੇਖੇ ਹੋਏ ਪਾਤਰ ਸਾਹਮਣੇ ਇਸ ਤਰ੍ਹਾਂ ਝਗੜਾ ਹੁੰਦਾ ਸੀ ਇਸ ਤਰ੍ਹਾਂ ਲੜਦੇ ਸੀ ਇਸ ਤਰ੍ਹਾਂ ਜਿਹੜੇ ਬਿਜਲੀ ਕਰਮਚਾਰੀ ਉਹਨੂੰ ਭਜਾ ਦਿੰਦੇ ਸੀ ਪਿੰਡੋਂ ਬੰਦੇ ਮਾਰਨੇ ਤੂੰ ਅਸੀਂ ਨਹੀਂ ਲਵਾਉਣੇ ਉਸ ਤੋਂ ਬਾਅਦ ਇੱਕ ਜ਼ਮਾਨਾ ਫਿਰ ਉਹ ਟੈਲੀਫੋਨ ਦਾ ਵੀ ਆਇਆ ਸੀ ਫੋਨ ਵਾਲੇ ਆਉਂਦੇ ਉਹ ਭਾਈ ਅਸੀਂ ਗੱਲ ਕਰਨੀ ਹੈ ਪਿੰਡ 'ਚ ਜਾਂ ਅਸੀਂ ਜਾ ਕੇ ਮਿਲੇ ਆਉਂਦੇ ਹੁੰਦੇ ਹਾਂ ਅਸੀਂ ਕਿਉਂ ਖਰਚਾ ਖੜਾ ਕਰਨਾ ਦੇਖ ਲਓ ਹੁਣ ਗੁਆਂਢੀ ਨੂੰ ਨਾਲ ਦੇ ਘਰ 'ਚ ਬੈਠਾ ਬੰਦਾ ਹੈਲੋ ਬਾਹਰ ਆ ਜਾ ਉਹ ਹਾਲ ਹੋ ਗਿਆ ਸੋ ਦਿੱਕਤਾਂ ਸ਼ੁਰੂ 'ਚ ਜਦੋਂ ਵੀ ਕੋਈ ਨਵਾਂ ਮਕੈਨਿਜ਼ਮ ਨਵਾਂ ਕੁਛ ਆਉਂਦਾ ਰੈਵੋਲਿਊਸ਼ਨਰੀ ਹੁੰਦੀਆਂ ਗੱਲਾਂ ਹੈ ਤਾਂ ਉਹ ਉਦੋਂ ਐਕਸੈਪਟ ਨਹੀਂ ਹੁੰਦਾ
ਆਹਿਸਤਾ ਆਹਿਸਤਾ ਥੋੜ੍ਹੀ ਜ਼ਿੰਦਗੀ ਦੀ ਜ਼ਰੂਰਤ ਬਣ ਜਾਂਦੀ ਆ। ਨਿੱਕੇ ਨਿੱਕੇ ਬੱਚਿਆਂ ਨੂੰ ਬਿਲਕੁਲ ਬਿਲੀਵ ਨਹੀਂ ਹੋਣਾ ਵੀ, ਕੋਈ ਜ਼ਮਾਨਾ ਐਸਾ ਵੀ ਹੁੰਦਾ ਸੀ ਕਿ ਜਦੋਂ ਕੋਈ ਲਾਈਟ ਨਹੀਂ ਸੀ ਹੁੰਦੀ, ਅਤੇ ਲਾਟੂ ਫਿਲਮ ਵੇਖ ਕੇ ਜ਼ਰੂਰ ਫੀਲ ਹੋਊਗਾ। ਅਤੇ ਫਿਲਹਾਲ ਟਾਈਮ ਹੋ ਚੁੱਕਾ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਪੀਟੀਸੀ ਸ਼ੋਕੇਸ ਦੇ ਵਿੱਚ, ਗੱਲਾਂ ਬਾਤਾਂ ਇੱਦਾਂ ਹੀ ਜਾਰੀ ਰਹਿਣਗੀਆਂ। ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਬਹੁਤ ਬਹੁਤ ਵੈਲਕਮ ਹੈ ਜੀ ਪੀਟੀਸੀ ਸ਼ੋਕੇਸ ਦੇ ਵਿੱਚ, ਅਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਲਾਟੂ ਫਿਲਮ ਦੀ ਸਟਾਰਕਾਸਟ ਦੇ ਨਾਲ। ਅਤੇ ਫਿਲਹਾਲ ਤਾਂ ਸਰਦਾਰ ਸੋਹੀ ਸਾਹਿਬ, ਗਗਨ ਕੋਕਰੀ ਸਾਹਿਬ ਸਾਡੇ ਨਾਲ ਆ, ਪਰ ਕਰਮਜੀਤ ਅਨਮੋਲ ਭਾਈ ਨੂੰ ਮੈਂ ਬਹੁਤ ਮਿਸ ਕਰ ਰਿਹਾ, ਕਿਉਂਕਿ ਹਰ ਕੋਈ ਮਿਸ ਕਰਦਾ, ਬਹੁਤ ਪਿਆਰੀ ਪਰਸਨੈਲਿਟੀ ਫਿਲਮ ਦੇ ਵਿੱਚ, ਉਹਨਾਂ ਦਾ ਬਹੁਤ ਖਾਸ ਕਰੈਕਟਰ ਹੈ ਨਾ। ਹਾਂਜੀ, ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੂੰਗਾ ਵੀ ਉਹਨਾਂ ਦੇ ਕਰੈਕਟਰ ਦੇ ਕਿੰਨੀ ਕੁ ਨੇੜੇ ਹੋ ਤੁਸੀਂ, ਕਿਉਂਕਿ ਤੁਹਾਡੇ ਨਾਲ ਨੇ ਬਿਲਕੁਲ ਉਹ। ਹਾਂਜੀ, ਪਹਿਲੇ ਸੀਨ ਤੋਂ ਲੈ ਕੇ ਲਾਸਟ ਵਾਲੇ ਸੀਨ ਤੱਕ ਅਸੀਂ ਇਕੱਠੇ ਹਾਂ ਜੀ, ਅਤੇ ਸੋ ਤੁਹਾਨੂੰ ਮਤਲਬ ਫਿਲਮ ਦੇਖ ਕੇ ਵੀ ਪਤਾ ਲੱਗ ਜੂਗਾ ਕਿੰਨੇ ਕੁ ਨੇੜੇ ਆ। ਸੋ ਮੇਰਾ ਸਭ ਤੋਂ ਵਧੀਆ ਯਾਰ ਜੀ ਕਰਮਜੀਤ ਅਨਮੋਲ ਬਾਈ ਹੈ ਜੀ, ਅਤੇ ਫਿਲਮ ਦੇ ਵਿੱਚ ਜੀ, ਅਤੇ ਜ਼ਿੰਦਗੀ 'ਚ ਵੀ ਬਹੁਤ ਮੈਂ ਰਿਸਪੈਕਟ ਕਰਦਾ ਉਹਨਾਂ ਦੀ, ਅਤੇ ਸੀਨੀਅਰ ਆਰਟਿਸਟ ਨੇ। ਐਂਡ ਸਭ ਤੋਂ ਵੱਡੀ ਗੱਲ ਇਹ ਵੀ ਮੈਨੂੰ ਨਾਲ ਲੈ ਕੇ ਚੱਲੇ ਉਹ ਜੀ, ਹਰ ਇੱਕ ਜਗ੍ਹਾ ਮੈਨੂੰ ਨਾਲ ਲੈ ਕੇ ਚੱਲੇ। ਤੁਸੀਂ ਉਹਨਾਂ ਨੂੰ ਨਾਲ ਕਿਉਂ ਨਹੀਂ ਲੈ ਕੇ? ਨਹੀਂ ਨਹੀਂ, ਮੈਂ ਵੈਸੇ ਜ਼ਿੰਦਗੀ, ਹਾਂ ਐਗਜੈਕਟਲੀ, ਬਹੁਤ ਸੋਹਣਾ ਕੁਐਸਚਨ ਘੇਰਦੇ ਆ ਬਾਈ। ਬਾਈ ਮੇਰਾ ਤਾਂ ਬਿਜ਼ੀ ਆ ਫਿਲਮ ਦੇ ਵਿੱਚ, ਅਤੇ ਤਾਂ ਕਰਕੇ ਨਹੀਂ ਆਇਆ। ਹਾਲਾਂਕਿ ਕੱਲ੍ਹ ਅਸੀਂ ਕੋਈ ਐਡ ਸ਼ੂਟ ਕਰ ਰਹੇ ਸੀ, ਇਕੱਠੇ ਹੀ ਸੀ ਅਸੀਂ, ਕੱਲ੍ਹ ਦੀ ਗੱਲ ਆ ਕਿ ਪਰਸੋਂ ਦੀ ਗੱਲ ਆ। ਅਤੇ ਪਰ ਬਾਈ ਹਮੇਸ਼ਾ ਡਾਇਲੋਗਸ ਨੂੰ ਲੈ ਕੇ ਜਾਂ ਜਿੰਨੀਆਂ ਵੀ ਚੀਜ਼ਾਂ ਸੀ, ਮੈਨੂੰ ਹਮੇਸ਼ਾ ਨਾਲ ਲੈ ਕੇ ਚੱਲੇ ਉਹ ਚੀਜ਼ਾਂ ਬਾਰੇ 'ਚ। ਔਰ ਕਰਮਜੀਤ ਅਨਮੋਲ ਸਾਹਿਬ ਤੋਂ ਯਾਦ ਆਇਆ ਕਿ ਫਿਲਮ ਦੇ ਵਿੱਚ ਗਾਣਾ ਵੀ ਉਹਨਾਂ ਦਾ, ਹੈ ਨਾ? ਹਾਂਜੀ। ਸੋ ਆਪਾਂ ਮਿਊਜ਼ਿਕ ਦੀ ਵੀ ਗੱਲ ਕਰਦੇ ਹਾਂ, ਉਸ ਜ਼ਮਾਨੇ ਦਾ ਮਿਊਜ਼ਿਕ, ਸਰਦਾਰ ਸੋਹੀ ਸਾਹਿਬ ਤੁਸੀਂ ਤਾਂ ਬਹੁਤ ਸੁਣਿਆ ਹੋਣਾ, ਹੈ ਨਾ? ਸੋ ਮਿਊਜ਼ਿਕ ਨੂੰ ਲੈ ਕੇ ਕਿੰਨੇ ਕੁ ਐਕਸਪੈਰੀਮੈਂਟਸ ਹੋਏ ਇਸ ਮੂਵੀ ਦੇ? ਪਰਟੀਕੁਲਰਲੀ ਮੈਨੂੰ ਲੱਗਦਾ ਸੋਹੀ ਸਾਹਿਬ ਕੋਲ ਤਾਂ ਗਾਣਾ ਬਣ ਕੇ ਗਿਆ ਹੋਣਾ, ਅਤੇ ਉਦੋਂ ਪਹਿਲਾਂ ਸੋਹੀ ਸਾਹਿਬ ਦੇ, ਕਿਉਂਕਿ ਬਿਜ਼ੀ ਬਹੁਤ ਨੇ ਫਿਲਮਾਂ ਦੇ ਵਿੱਚ, ਹੈ ਨਾ, ਚੀਜ਼ਾਂ ਦਿਮਾਗ ਦੇ ਵਿੱਚ। ਹੁਣ ਜਿੱਦਣ ਗਾਣਾ ਆਇਆ, ਔਰ ਇਹਨਾਂ ਨੇ ਸਪੈਸ਼ਲੀ ਇਹ ਚੀਜ਼ ਕਹੀ ਵੀ ਗਾਣਾ ਬਹੁਤ ਸੋਹਣਾ ਆਪਣਾ ਜਿਹੜਾ ਪਹਿਲਾ ਗਾਣਾ ਹੈ। ਮਿਊਜ਼ਿਕ ਸਾਡੇ ਲਈ ਬੜੀ ਇੰਪੋਰਟੈਂਟ ਪਾਰਟ ਹੈ ਜੀ। ਦੇਖੋ ਹੁਣ ਇਸ ਟਾਈਮ ਤਾਂ ਮਿਊਜ਼ਿਕ ਹੀ ਚੱਲਣਾ, ਫਿਲਮ ਤੋਂ ਪਹਿਲਾਂ ਮਿਊਜ਼ਿਕ ਚੱਲਣਾ, ਉਦੋਂ ਬਾਅਦ ਫਿਲਮ ਆ, ਔਰ ਮਿਊਜ਼ਿਕ ਵੀ ਸੱਤ ਪਿੰਡ ਜੇਠ ਮਹੀਨਾ, ਇਹ ਟਾਈਟਲ ਨੇ ਸਾਡੇ ਜੀ, ਔਰ ਇਹ ਉਹਨਾਂ ਟਾਈਮ ਦੇ ਹੀ ਟਾਈਟਲ ਨੇ ਜਿਹੜੇ ਉਹ ਟਾਈਮ ਨੂੰ ਲੈ ਕੇ ਚੱਲਦੇ ਹੋ ਤੁਸੀਂ। ਮੁੰਡਾ ਜੇਠ ਮਹੀਨੇ ਠਰ ਗਿਆ, ਅਤੇ ਜ਼ੁਲਫਾਂ ਦੀ ਛਾਵੇਂ, ਕੱਟ ਦੁਪਹਿਰਾ, ਮੈਂ ਰਸਤੇ 'ਚ ਸੁਣਿਆ, ਸੁਣਦਾ ਆਇਆ, ਬਹੁਤ ਪਿਆਰਾ ਗਾਣਾ, ਬੋਲ ਬਹੁਤ ਸੋਹਣੇ ਆ। ਹਾਂਜੀ, ਗੁਰਲੇਸ਼ ਜੀ ਨੇ ਬਹੁਤ ਸੋਹਣਾ ਗਾਇਆ, ਅਤੇ ਸੋ ਮੇਰਾ ਵੀ ਇੱਕ ਗਾਣਾ ਹੈ ਜੀ ਇਹਦੇ 'ਚ, ਪ੍ਰਮੋਸ਼ਨਲ ਸੌਂਗ ਆ। ਸੋ ਮੈਂ ਉੱਦਾਂ ਨਹੀਂ ਤੁਸੀਂ ਗਾਇਆ? ਨਹੀਂ, ਮੈਂ ਪ੍ਰਮੋਸ਼ਨਲ ਗਾਣਾ ਗਾਇਆ ਜੀ। ਪ੍ਰਮੋਸ਼ਨਲ ਗਾਣਾ? ਹਾਂਜੀ 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 ਹਾਂਜੀ, ਉੱਦਾਂ ਮਤਲਬ ਪ੍ਰੋਪਰ ਮੌਕਾ ਦਿੱਤਾ ਗਿਆ ਨਾ, ਜਿਹੜਾ ਜਿੱਥੇ ਫਿੱਟ ਪੈਂਦਾ ਉਹਨੂੰ ਕੀਤਾ ਗਿਆ। ਇੱਕ ਨਾ ਹਰ ਇੱਕ ਸੀਨ ਦੀ ਇੱਕ ਇਨਵਾਇਰਮੈਂਟ ਹੁੰਦਾ ਜੀ, ਔਰ ਹਰ ਇੱਕ ਆਵਾਜ਼ ਜਿਹੜੀ ਕੋਈ ਵੀ ਆਵਾਜ਼ ਆ, ਉਹ ਹਰ ਇੱਕ ਥਾਂ ਲਈ ਨਹੀਂ ਬਣੀ ਜੀ। ਹਰ ਇੱਕ ਮਤਲਬ ਕਿਸੇ ਵੀ ਜਗ੍ਹਾ ਸੈਡ ਲਈ ਇੱਕ ਪਰਟੀਕੁਲਰ ਆਵਾਜ਼ਾਂ ਨੇ ਜੀ, ਰੋਮਾਂਟਿਕ ਲਈ ਇੱਕ ਪਰਟੀਕੁਲਰ ਆਵਾਜ਼ਾਂ ਨੇ ਜੀ, ਸਿਨੇਮੇ 'ਚ ਦੇਖਣੀਆਂ ਲੋਕਾਂ ਨੇ ਮੂਵੀ, ਉਹ ਸਾਰੀਆਂ ਆਵਾਜ਼ਾਂ ਤੁਹਾਨੂੰ ਲਾਟੂ ਫਿਲਮ 'ਚ, ਉਹ ਸਾਰੀਆਂ ਆਵਾਜ਼ਾਂ ਤੁਹਾਨੂੰ ਲਾਟੂ ਫਿਲਮ ਦੇ ਉਹਦੇ ਸਟਰਕਚਰ ਦੇ ਹਿਸਾਬ ਨਾਲ। ਬਹੁਤ ਸੋਹਣੀ ਗੱਲ ਹੈ, ਮੈਨੂੰ, ਮੈਂ ਚਾਹੁੰਦਾ ਮੈਂ ਸਾਰੇ ਗਾਣੇ ਗਾ ਸਕਦਾ। ਬਾਲੀਵੁੱਡ ਦੇਖਦੇ ਸੀ ਹਾਂਜੀ, ਜਿੱਥੇ ਸੈਡ ਹੈ ਉੱਥੇ ਰਫੀ ਸਾਹਿਬ ਸਭ ਕੁਛ ਗਾਉਂਦੇ ਸੀ, ਉਹ ਰੋਮਾਂਟਿਕ ਜ਼ਿਆਦਾ ਗਾਉਂਦੇ ਸੀ, ਸੈਡ ਸੌਂਗ ਮੰਨਾ ਡੇ ਸਾਹਿਬ ਹੋ ਗਏ ਜਾਂ ਮੁਕੇਸ਼ ਹੋ ਗਏ, ਪ੍ਰੋਪਰ ਭਾਈ। ਟ੍ਰੇਲਰ ਨੂੰ ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ, ਲੋਕੀ ਲਾਈਕ ਕਰ ਰਹੇ ਹਨ, ਹਰ ਬੰਦੇ ਦਾ ਵਧੀਆ ਰਿਸਪੌਂਸ ਆ ਰਿਹਾ, ਘਰਦਿਆਂ ਦਾ ਕਿੱਦਾਂ ਦੇ ਰਿਐਕਸ਼ਨ ਸੀ? ਘਰਦਿਆਂ ਦਾ ਸਭ ਤੋਂ ਪਹਿਲਾਂ ਫੋਨ ਮੈਨੂੰ ਘਰਦਿਆਂ ਦਾ ਹੀ ਆਇਆ ਟ੍ਰੇਲਰ ਤੋਂ, ਕਿਉਂਕਿ ਮੇਰੀ ਮੰਮੀ ਪਹਿਲਾਂ ਵਿਊ ਘਰਦਿਆਂ ਦਾ ਹੀ ਸੀ ਮੈਨੂੰ। ਹਾਂਜੀ ਹਾਂਜੀ ਹਾਂਜੀ, ਮੇਰੇ ਇੱਥੇ ਆਸਟ੍ਰੇਲੀਆ ਨੇ ਮੰਮੀ ਹੋਣੀ ਲੱਗਦਾ ਕੁਝ ਗੜਬੜ ਹੋਈ ਲੱਗਦੀ ਹੈ, ਸ਼ਰਮਾਈ ਜਾਂਦੇ ਉਹ ਘਰਦੇ। ਨਹੀਂ ਨਹੀਂ ਨਹੀਂ, ਮੈਂ ਵੈਸੇ ਦੱਸ ਰਿਹਾ ਵੀ ਸਾਰਿਆਂ ਨੇ। ਹਾਂਜੀ ਹਾਂਜੀ, ਮੈਨੂੰ ਮੰਮਾ ਦਾ ਫੋਨ ਆਇਆ ਸਭ ਤੋਂ ਪਹਿਲਾਂ, ਫਿਰ ਦੂਜਾ ਫੋਨ ਮੈਨੂੰ ਭੈਣ ਦਾ ਆਇਆ, ਮਤਲਬ ਦੇ ਆਰ ਹੈਪੀ ਜੀ, ਰਾਈਟ। ਉਹਨਾਂ ਨੇ ਮੈਨੂੰ ਫਿਲਮ ਕਰਦੇ ਨੂੰ ਸੁਣਿਆ ਆ ਜਾਂ ਫੋਟੋਆਂ ਦੇਖੀਆਂ, ਰਿਐਲਿਟੀ ਦੇ ਵਿੱਚ ਉਹਨਾਂ ਨੇ ਟ੍ਰੇਲਰ ਦੇਖਿਆ, ਉਦੋਂ ਪਹਿਲਾਂ ਉਹਨਾਂ ਨੇ ਦੇਖੇ ਨਹੀਂ ਵੀ ਫਿਲਮ ਦੇ ਵਿੱਚ ਇਹਨਾਂ ਦੇ ਸਾਡੇ ਮੁੰਡੇ ਦੀ ਫਿਲਮ ਆਉਣੀ ਆ, ਉਹਨੇ ਕੀਤਾ ਕੀ ਆ ਫਿਲਮ 'ਚ, ਬਹੁਤ ਵੱਡਾ ਲਮਾ, ਬੜਾ ਵੱਡਾ ਚਾਅ ਹੁੰਦਾ। ਹਾਂਜੀ ਹਾਂਜੀ, ਪੇਰੈਂਟਸ ਨੂੰ, ਔਰ ਉਹ ਸਾਡੇ ਪਿੰਡ ਵਾਲਿਆਂ ਨੂੰ ਖਾਸ। ਮੇਰੇ ਪਾਪਾ ਨੇ ਲੌਂਗ ਦਾ ਲਿਸ਼ਕਾਰਾ ਦੇਖੀ, ਮੇਰੀ ਪਹਿਲੀ ਵਾਰੀ ਫਿਲਮ ਲੌਂਗ ਦਾ ਲਿਸ਼ਕਾਰਾ, ਅੱਖਾਂ ਭਰੀਆਂ ਸੀ, ਡਬ ਡਬ, ਕਹਿੰਦਾ ਯਾਰ ਤੇਰੀ ਮੰਮੀ ਹੁੰਦੇ ਤਾਂ ਬਹੁਤ ਵਧੀਆ ਗੱਲ ਸੀ, ਉਹ ਪੇਰੈਂਟਸ ਵਾਸਤੇ ਵੱਡੀ ਕੰਪਲੀਮੈਂਟ। ਉਹਨਾਂ ਦਾ ਇਹ ਸੀਗਾ ਵੀ ਵਾਕਈ ਮਤਲਬ ਵੀ ਚੰਗੀ ਚੀਜ਼ ਕਰਕੇ ਆਇਆ ਤੂੰ ਜੀ, ਅਤੇ ਸਾਨੂੰ ਹੁਣ ਕੌਨਫੀਡੈਂਸ। ਮੈਂ ਜਦੋਂ ਮੈਂ ਗਾਣੇ ਗਾਉਣ ਲੱਗਿਆ, ਉਹਨਾਂ ਨੇ ਮੈਨੂੰ ਟੀਵੀ 'ਤੇ ਦੇਖਿਆ ਸੀ, ਮੈਨੂੰ ਗਾਣੇ ਗਾਉਂਦੇ ਮਤਲਬ ਉੱਦਾਂ ਦੇਖਿਆ ਨਹੀਂ ਸੀ। ਜਦੋਂ ਮੇਰਾ ਗਾਣਾ ਇੱਕ, ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਗਾਉਣਾ ਆ, ਵੀ ਟੀਵੀ 'ਤੇ ਗਾਣਾ ਚੱਲ ਮੇਰਾ ਆਉਂਦਾ ਵਾ ਆਉਂਦਾ ਵਾ, ਉਦੋਂ ਬਾਅਦ ਉਹਨਾਂ ਨੇ ਮੈਨੂੰ ਇੱਥੇ ਪਿੰਡ ਟੀਵੀ 'ਤੇ ਦੇਖਿਆ, ਤਾਂ ਉਹਨਾਂ ਨੂੰ ਯਕੀਨ ਹੋਇਆ ਵੀ ਇਹ ਸੱਚੀ ਗਾਉਂਦਾ, ਅਤੇ ਇਹ ਵੀ ਫਿਲਮ ਦਾ ਵੀ ਉਹਨਾਂ ਨੂੰ ਦੇਖ ਕੇ ਹੋਇਆ ਵੀ ਹਾਂ ਨਹੀਂ ਯਾਰ ਸੱਚੀ ਫਿਲਮ ਕੀਤੀ ਆ। ਸਰਦਾਰ ਸਾਹਿਬ, ਇੰਨੇ ਸਾਰੇ ਕਰੈਕਟਰ ਸੀਗੇ, ਮਲਟੀ ਕਰੈਕਟਰ ਮੂਵੀ ਹੈ ਨਾ, ਸੋ ਮਤਲਬ ਬਹੁਤ ਖਾਸ ਖਾਸ ਕਰੈਕਟਰ ਚੁਣ ਚੁਣ ਕੇ ਫਿਲਮ
ਇੱਕ ਨਵੇਂ ਬੰਦੇ ਲਈ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਆਉਂਦੀਆਂ? ਸਾਡੀ ਵੈਸੇ ਟੀਮ ਬਹੁਤ ਅੱਛੀ ਸੀ, ਕੋਈ ਇੱਦਾਂ ਦਾ ਹੈ ਨਹੀਂ ਸੀ। ਕਈ ਥਾਂ 'ਤੇ ਇਹੋ ਜਿਹੀ ਸਿਚੁਏਸ਼ਨ ਹੋ ਜਾਂਦੀ ਹੈ ਕਿ ਅਗਰ ਕੋਈ ਜਿਵੇਂ ਮੇਰੇ ਕੋਲੋਂ ਇਹ ਕਹਿੰਦਾ ਵੀ ਭਾਜੀ ਕੋਲੋਂ ਡਰ ਲੱਗਦਾ ਸੀ, ਤਾਂ ਉੱਥੇ ਸਾਹਮਣੇ ਵਾਲੇ ਜਿਹੜੇ ਸੀਨੀਅਰ ਐਕਟਰ ਨੇ ਉਹਨਾਂ ਦਾ ਹੁੰਦਾ ਕਿ ਉਹ ਉਹਨੂੰ ਐਟ ਈਜ਼ ਰੱਖਣ, ਹੈਂ ਛੇਤੀ ਕੋਲ ਮਿਲ ਜਾਓ, ਆ ਕੇ ਬੈਠ ਕੇ ਗੱਲਾਂ ਕਰੋ, ਚਾਰ ਵਧੀਆ ਮੋਢੇ 'ਤੇ ਹੱਥ ਰੱਖੋ, ਹੈਂ ਅਤੇ ਉਹ ਫਿਰ ਕੰਫਰਟ ਜ਼ੋਨ ਜਿਹੜਾ ਹੁੰਦਾ ਉਹਦੇ 'ਚ ਆ ਜਾਂਦਾ ਬੰਦਾ। ਤੋ ਸਾਡੇ ਇਦਾਂ ਦਾ ਕੁਛ ਨਹੀਂ ਹੋਇਆ। ਮੈਂ ਤਾਂ ਲੱਕੀ ਸਮਝਦਾ ਵੀ ਓਕੇ, ਮੈਂ ਪਹਿਲੀ ਫਿਲਮ ਕੀਤੀ ਇਹਨਾਂ ਦੇ ਨਾਲ, ਦੂਜੀ ਫਿਲਮ ਦਾ ਸ਼ੂਟ ਪਰਸੋਂ ਖਤਮ ਹੋਇਆ ਜੀ, ਉਹ ਵੀ ਇਹਨਾਂ ਦੇ ਨਾਲ, ਤੇ ਮਿਲਣ ਤੋਂ ਉਦੋਂ ਅਗਲੀ ਵੀ ਇਹਨਾਂ ਦੇ ਨਾਲ, ਤੇ ਉਹ ਇੱਕ ਇੱਕ ਨਾ ਇੱਕ ਤੁਹਾਡਾ ਬਣ ਜਾਂਦਾ, ਔਰਾ ਬਣ ਜਾਂਦਾ ਤੁਹਾਡਾ ਇੱਕ ਦੂਜੇ ਦੇ ਨਾਲ। ਐਂਡ ਆਈ ਫੀਲ ਲੱਕੀ ਕਿ ਮੈਂ ਇਦਾਂ ਕੰਮ ਕਰ ਰਿਹਾ। ਆਪਾਂ ਗਾਣੇ ਦੀ ਗੱਲ ਕਰ ਰਹੇ ਸੀ, ਇੱਕ ਗਾਣਾ ਹੋ ਜਾਵੇ ਮੂਵੀ ਦਾ। ਹਾਂਜੀ ਤੁਸੀਂ ਪ੍ਰਮੋਸ਼ਨ ਲਗਾਇਆ, ਤੁਸੀਂ ਗਾਈ ਦਿਓ। ਹਾਂਜੀ ਹਾਂਜੀ ਹਾਂਜੀ, ਉਹ ਮੈਂ ਗਾ ਦਿੰਦਾ, ਹੁਣ ਕਿਉਂਕਿ ਕਰੰਟ ਤਾਂ ਹੁਣ ਲੱਗ ਹੀ ਜਾਣੇ 16 ਨਵੰਬਰ ਡਿਊਟ ਗਾਣਾ ਜੀ ਉਹ ਜੀ, ਤੇ ਨਾਲ ਕੁੜੀ ਵੀ ਖੜੀ ਕਰੀ ਕੋਈ, ਹੁਣ ਤੁਹਾਨੂੰ ਮੈਂ ਆਪ ਹੀ ਕਰਦਾ, ਮੈਂ ਆਪ ਹੀ ਕਰਦਾ। ਹੋ ਯੱਟ ਨਾਲ ਲਾ ਕੇ ਤੂੰ ਨਜ਼ਾਰੇ ਪੂਰੇ ਲਏ, ਤੇਰੇ ਟੂ ਜੈਡ ਬਿੱਲ ਮੇਰੀ ਪਾਕਟ 'ਚ ਗਏ, ਝੂਟੇ ਮਾਟੇ ਜਿਹੜੇ ਮੇਰੀ ਬੀਮਰ 'ਚ ਲਏ, ਝੂਟੇ ਮਾਟੇ ਜਿਹੜੇ ਮੇਰੀ ਬੀਮਰ 'ਚ ਲਏ, ਹੁਣ ਬਹਿ ਕੇ ਜੈਗੁਆਰ 'ਚ ਪੁਲਾਏਗੀ, ਸ਼ੋਪੀਆਂ ਦੇ ਖਰਚੇ ਲੜਾਈਆਂ ਵਾਲੇ ਪਰਚੇ ਨੀ ਦੱਸ ਕਿਹੜੇ ਖਾਤੇ ਵਿੱਚ ਪਾਏਗੀ, ਸ਼ੋਪੀਆਂ ਦੇ ਖਰਚੇ ਲੜਾਈਆਂ ਵਾਲੇ ਪਰਚੇ ਨੀ ਦੱਸ ਕਿਹੜੇ ਖਾਤੇ ਵਿੱਚ ਪਾਏਗੀ। ਇਹ ਅੱਜ ਕੱਲ੍ਹ ਦੇ ਹਿਸਾਬ ਨਾਲ ਬਣਾਇਆ ਗਿਆ ਗੁਰਲੇਸ ਜੀ ਕਹਿੰਦੇ ਆ। ਉਹ ਕ੍ਰੈਡਿਟ ਕਾਰਡ ਤੇਰੇ ਵਾਲਿਟ 'ਚ ਪਏ, ਹੋਏ ਨਾ ਸਵਾਈਪ ਜਦੋਂ ਵੀ ਕਿਤੇ ਗਏ, ਆ ਚਾਰ ਪੰਜ ਕਾਰਡ ਤੇਰੇ ਵਾਲਿਟ 'ਚ ਪਏ, ਹੋਏ ਨਾ ਸਵਾਈਪ ਜਦੋਂ ਵੀ ਕਿਤੇ ਗਏ, ਪੌਪਕੌਰਨ ਤੱਕ ਵੀ ਮੈਂ ਪਰਸ 'ਚ ਲਏ, ਪੌਪਕੌਰਨ ਤੱਕ ਵੀ ਮੈਂ ਪਰਸ 'ਚ ਲਏ, ਮੈਨੂੰ ਕਿੱਥੋਂ ਤੁਸੀਂ ਸ਼ੋਪਿੰਗਾਂ ਕਰਾਉਣੀਆਂ, ਹਾਏ ਬਹੁਤ ਫੜਾ ਮਾਰਦਾ ਸੀ ਚੰਨ ਥੱਲੇ ਧਾਰਦਾ ਸੀ ਜਦੋਂ ਸੀ ਤੂੰ ਮੇਰੇ ਨਾਲ ਲਾਉਣੀਆਂ, ਹਾਂ ਬਹੁਤ ਫੜਾ ਮਾਰਦਾ ਸੀ ਚੰਨ ਥੱਲੇ ਧਾਰਦਾ ਸੀ ਜਦੋਂ ਸੀ ਤੂੰ ਮੇਰੇ ਨਾਲ ਲਾਉਣੀਆਂ। ਇਹ ਪ੍ਰਮੋਸ਼ਨ ਸੌਂਗ ਹੈ? ਹਾਂਜੀ ਹਾਂਜੀ। ਮੈਂ ਇਹ ਵੀ ਤੁਸੀਂ ਹੁਣੇ ਸੁਣਿਆ? ਮੈਂ ਹੁਣੇ ਸੁਣਿਆ, ਕਿਉਂਕਿ ਸਬਜੈਕਟ ਤੋਂ ਫਿਲਮ ਤੋਂ ਥੋੜਾ ਦੂਰ ਲੱਗਿਆ ਨਾ, ਫਿਲਮ ਦਾ ਬਿਲਕੁਲ ਉਹ ਜ਼ਮਾਨੇ ਦੀ ਗਾਣਾ ਹੁੰਦਾ, ਇਹ ਸਬਜੈਕਟ ਤਾਂ ਬਿਲਕੁਲ ਇਹਦੇ ਵਿੱਚ ਲੁੱਕ ਵੀ ਅੱਜ ਕੱਲ ਦੇ ਜ਼ਮਾਨੇ ਨਾਲ ਬਣਿਆ, ਇਹਦੇ ਵਿੱਚ ਲੁੱਕ ਵੀ ਮੇਰੀ ਮਾਡਰਨ, ਇਟਸ ਜਸਟ ਵੀ ਸ਼ੋਟ ਇਟ ਡਿਫਰੈਂਟਲੀ, ਅਸੀਂ ਅਲੱਗ ਸ਼ੂਟ ਕੀਤਾ ਹੈ, ਪਰ ਜਿਹੜੇ ਫਿਲਮ ਦੇ ਗਾਣੇ ਆ ਉਹ ਮਤਲਬ ਉਹ ਬਹੁਤ ਅਥੈਂਟਿਕ ਨੇ, ਉਹ ਬਹੁਤ ਉਹ ਉਸੇ ਐਰਾ ਨੂੰ ਲੈ ਕੇ ਕੀਤੇ ਗਏ ਆ ਗਾਣੇ ਜੀ। ਭਾਅ ਜੀ ਫਿਲਮ ਦਾ ਕਿਹੜਾ ਗਾਣਾ ਸੀਗਾ ਜਿਹੜਾ ਸ਼ੂਟ ਕਰਨ 'ਚ ਪ੍ਰੋਬਲਮ ਹੋਈ ਪਰ ਬਾਅਦ 'ਚ ਲੱਗਾ ਵੀ ਯਾਰੇ ਵਧੀਆ ਬਣ ਗਿਆ? ਸਾਡਾ ਲਲਾਰੀਆ ਗਾਣਾ ਮਤਲਬ ਆਉਣਾ ਬਹੁਤ ਲੱਗੀ ਜੀਤੇ। ਹਾਂਜੀ ਲਲਾਰੀਆ ਗਾਣਾ ਕਮਲ ਖਾਨ ਨੇ ਗਾਇਆ ਉਹ, ਕਿਆ ਬਾਤ ਹੈ, ਤੇ ਕਿਆ ਮਤਲਬ ਵਨ ਆਫ ਦ ਗੁੱਡ ਸੌਂਗ ਆਈਵ ਹਰਡ। ਕਿਆ ਬਾਤ ਹੈ, ਇਹਨਾਂ ਨੇ ਸੁਣਿਆ ਤੇ ਇਹਨਾਂ ਤੋਂ ਆਪਾਂ ਸੁਣਾਂਗੇ ਹੁਣ, ਪਰ ਸੁਣਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਮਿਲਦੇ ਹਾਂ ਜੀ ਪੀਟੀਸੀ ਸ਼ੋਕੇਸ ਦੇ ਵਿੱਚ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਬਹੁਤ ਬਹੁਤ ਵੈਲਕਮ ਹੈ ਜੀ, ਤੇ ਹੁਣ ਵੈਲਕਮ ਮੈਂ ਕਰ ਰਿਹਾ ਪੀਟੀਸੀ ਸ਼ੋਕੇਸ ਦੇ ਵਿੱਚ ਆਪਣੀਆਂ ਲਿਖੀਆਂ ਦੋ ਲਾਈਨਾਂ ਨਾਲ, ਕਿ ਇਹ ਨੇ ਸਭ ਕਰਾਮਾਤਾਂ ਤੇਰੇ ਇਸ਼ਕ ਦੀਆਂ, ਐਵੇਂ ਤੇ ਨਹੀਂ ਗੱਲਾਂ ਮੇਰੀਆਂ ਲਿਸ਼ਕ ਦੀਆਂ, ਪਰ ਅੱਜ ਗੱਲਾਂ ਕਿਉਂ ਲਿਸ਼ਕ ਰਹੀਆਂ? ਲਾਟੂ ਕਰਕੇ, ਲਾਟੂ ਵਾਲੇ ਖਾਸ ਬੰਦੇ ਆ ਸਾਡੇ ਨਾਲ ਆ, ਤੇ ਸੋਹੀ ਸਾਹਿਬ ਲਾਟੂ ਫਿਲਮ ਦਾ ਜਿਹੜਾ ਕੋਨਸੈਪਟ ਸੀਗਾ ਹੈ ਨਾ, ਆਪਾਂ ਸਾਰੀਆਂ ਗੱਲਾਂ ਕਰ ਲਈਆਂ, ਮਿਊਜ਼ਿਕ ਬਾਰੇ ਗੱਲਾਂ ਕਰ ਲਈਆਂ, ਉਸ ਏਰਾ ਦੇ ਬਾਰੇ ਗੱਲਾਂ ਕਰ ਲਈਆਂ, ਪਰ ਅੱਜ ਕੱਲ੍ਹ ਦੀ ਆਡੀਅੰਸ ਦੇ ਲਈ ਤੁਹਾਨੂੰ ਕਿੰਨਾ ਕੌਫਟ ਲੱਗਦਾ ਸੀਗਾ ਇਹ? ਜਦੋਂ ਵੀ ਆਪਾਂ ਪਿੱਛੇ ਜਾਂਦੇ ਹਾਂ ਜੀ, ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਦੇ ਨਾਲ ਕੋਈ ਸਾਡੇ ਵਰਗਾ ਬੜੋ ਵੀ ਬੈਠਾ ਹੁੰਦਾ, ਕਿੱਥੇ ਕਿਤੇ ਨਾ ਕਿਤੇ ਜਿੱਥੇ ਕਿਤੇ ਅਟਕਦੇ ਆ ਪੁੱਛ ਲੈਂਦੇ ਆ, ਅੰਕਲ ਇਹਦਾ ਕੀ ਮਤਲਬ ਹੈ? ਜਦੋਂ ਇਨਵੋਲਵਮੈਂਟ ਹੁੰਦੀ ਹੈ, ਕੋਈ ਇੱਕ ਅੱਧਾ ਲਫ਼ਜ਼ ਅਟਕਦਾ ਤਾਂ ਉਹ ਲਾਜ਼ਮੀ, ਅਸੀਂ ਕੋਸ਼ਿਸ਼ ਵੀ ਕਰਦੇ ਰਹਿੰਦੇ ਹਾਂ ਐਕਟਰ, ਜਿਵੇਂ ਤੁਸੀਂ ਗੱਲ ਕੀਤੀ ਅਨਮੋਲ ਦੀ, ਕਰਮਜੀਤ ਅਨਮੋਲ, ਉਹ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਯਾਰ ਆਹ ਸ਼ਬਦ ਮਿਸ ਨਾ ਹੋ ਜਾਏ, ਸਾਡੀ ਵੋਕੈਬੁਲਰੀ 'ਚੋਂ ਆਊਟ ਹੀ ਨਾ ਹੋ ਜਾਏ ਕਿਤੇ, ਹੈਂ ਤਾਂ ਉਹ ਲੱਭ ਲੱਭ ਕੇ ਬੋਲਦੇ ਹਾਂ ਅਸੀਂ, ਨਹੀਂ ਇਹ ਬੋਲਣਾ ਹੈ। ਉਸੇ ਤਰ੍ਹਾਂ ਇਹ ਪਿੱਛੇ ਜਾਣਾ ਵੀ ਲਾਈਟ ਆਈ ਸੀ ਇੱਦਾਂ ਦਾ ਹੋਇਆ, ਇਹ ਹੋਇਆ, ਇਹ ਹੋਇਆ, ਉਹ ਸਗੋਂ ਜ਼ਿਆਦਾ ਇੰਟਰਸਟ ਪੈਦਾ ਕਰਦਾ। ਅੱਛਾ ਇਹ ਹੋਇਆ, ਮੇਰੇ ਯਾਦ ਹੈ ਅੰਗਰੇਜ਼ ਵਿੱਚ ਜਦੋਂ ਅੰਗਰੇਜ਼ ਫਿਲਮ 'ਚ ਅਮਰਿੰਦਰ ਨੇ ਕੁੜੀ ਨੂੰ ਹੱਥ ਲਾਇਆ, ਉਹ ਕੋਈ ਦੇਖ ਲੂਗਾ, ਉਹ ਮਤਲਬ ਅੱਜ ਦੇ ਬੱਚੇ ਇੰਨੇ ਹੱਸਦੇ ਸੀ, ਇੱਦਾਂ ਹੁੰਦਾ ਹੁੰਦਾ ਸੀ, ਕਿਉਂਕਿ ਹੁਣ ਤਾਂ ਹੈਲੋ ਹਾਂ ਕਿੱਥੇ ਮਿਲਦੀ ਹੈ ਉਹ ਹੋ ਗਿਆ, ਉਹ ਹਾਲੇ ਕਹਿੰਦੇ ਮੇਰੀ ਏਜ ਬਹੁਤ ਆ, ਸਾਡੇ ਜ਼ਮਾਨੇ 'ਚ ਲੈਟਰ ਲਿਖਦੇ ਹੁੰਦੇ ਸੀ, ਉਹ ਪੁਰਾਣੀਆਂ ਫਿਲਮਾਂ ਹਿੰਦੀ ਦੀਆਂ ਦੇਖਦੇ ਹਾਂ, ਉਹ ਖਤ ਲਿਖਣਾ, ਖਤ ਦੇ ਵਿੱਚ ਜੋ ਭਾਵ ਪੈਦਾ ਹੁੰਦੇ ਸੀ, ਜੋ ਲਿਖਣ ਵੇਲੇ ਪੈਦਾ ਹੁੰਦੇ, ਉਹ ਇਹਦੇ 'ਚ ਜਾਂਦੇ ਰਹੇ, ਖਤ ਲਿਖਦੇ ਸੀ ਹੁਣ ਅੱਤ ਲਿਖਦੇ, ਇਹਦੇ ਜਾਂਦੇ ਰਹੇ ਫੋਨ 'ਚ, ਉਹ ਜਾਂਦੇ ਰਹੇ ਡੇ ਬਾਈ ਡੇ, ਲਫ਼ਜ਼ ਨੇ ਜਿਹੜੇ ਉਹ ਘੱਟਦੇ ਜਾ ਰਹੇ ਨੇ,
ਰਿਸ਼ਤੇ ਵਿਸ਼ਾਲ ਰਿਸ਼ਤੇ ਹੁੰਦੇ ਸੀ ਉਹ ਚਾਚੇ ਤਾਏ ਮਾਮੇ ਇਹਨਾਂ ਨੇ ਭੂਆ ਫੁੱਫੀ ਸਭ ਅੰਕਲ ਆਂਟੀ ਬਣ ਕੇ ਰਹਿ ਗਏ ਜੀ ਇਸ ਜਿਹੜਾ ਮਿਸ ਹੋਏ ਸ਼ਬਦ ਹੈਗੇ ਤੁਹਾਨੂੰ ਲਾਟੂ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ ਖੁੱਲਾ ਭੰਡਾਰ ਮਿਲੂਗਾ ਭੰਡਾਰ ਇਹੋ ਜਿਹੇ ਸ਼ਬਦਾਂ ਭਾਜੀ ਐਕਸਾਈਟਮੈਂਟ ਤਾਂ ਹੁੰਦੀ ਆ ਪਹਿਲੀ ਫਿਲਮ ਦੀ ਨਾ ਹਾਂਜੀ ਨਰਵਸਨੈਸ ਕਿੰਨੀ ਖਾ ਇਹ ਦੱਸੋ ਮੈਂ ਸੱਚੀ ਦੱਸਾਂ ਮੈਨੂੰ ਮੈਂ ਕੰਮ ਜਿਹੜਾ ਕੀਤਾ ਮੈਂ ਖੁੱਲ੍ਹ ਕੇ ਕੀਤਾ ਜੀ ਠੀਕ ਹੈ ਜੀ ਜਦੋਂ ਕਰ ਹੀ ਲਿਆ ਫਿਰ ਕਦੀ ਨਰਵਸਨੈਸ ਬਾਈ ਅੰਦਰ ਹੋਵੇ ਸੱਚ ਤੇ ਕੋਠੇ ਚੜ ਕੇ ਹਾਂਜੀ ਮਤਲਬ ਤੁਸੀਂ ਚੀਜ਼ ਬਣਾਈ ਆ ਆਪਦੀ ਚੀਜ਼ ਜਿੱਦਾਂ ਦੀ ਬਣੀ ਆ ਹੁਣ ਉੱਦਾਂ ਦੀ ਲੋਕ ਕਹਿਣਗੇ ਮੈਂ ਇੱਥੇ ਕਹਿ ਜਾਵਾਂ ਬਹੁਤ ਵਧੀਆ ਲੋਕੀ ਕੱਲੂ ਕਹਿ ਦੇਣ ਵੀ ਨਹੀਂ ਇਹ ਤਾਂ 16 ਤਰੀਕ ਨੂੰ ਪਤਾ ਲੱਗੂ ਬਾਈ ਕੀ ਹੈ ਤੇ ਭਾਈ ਫਿਲਮ ਦੀ ਤੁਸੀਂ ਜਿਹੜੀ ਪੰਚ ਲਾਈਨ ਰੱਖੀ ਆ ਲੱਗਣਗੇ ਕਰੰਟ 16 ਨੰਬਰ ਨੂੰ ਭਾਈ ਕਿਉਂ ਲਵਾਉਣਗੇ ਲੋਕੀ ਕਰੰਟ ਮੈਨੂੰ ਇਹ ਦੱਸੋ ਉਹ ਅਸਲ 'ਚ ਜਦੋਂ ਅੱਛਾ ਉਈ ਨਾ ਉਈ ਬੈਠਾ ਸੀ ਮੈਂ ਵੀ ਬੈਠਾ ਸੀ ਮਾਨਵ ਭਾਈ ਵੀ ਬੈਠਾ ਸੀਗਾ ਵੀ ਵਰ ਡਿਸਕਸਿੰਗ ਅਬਾਊਟ ਦ ਪੋਸਟਰ ਜੀ ਕਿ ਆਪਾਂ ਯਾਰ ਇਹਦੇ ਮੈਲਬਨ ਆ ਗਿਆ ਲਾਈਨ ਲਾਈਨ ਰੱਖਣੀ ਹੈ ਇੱਕ ਸੌਰੀ ਮੈਂ ਉੱਥੇ ਬੈਠਾ ਨਹੀਂ ਭਾਈ ਇਹ ਜ਼ਰੂਰੀ ਆ ਇਹ ਪਤਾ ਲੱਗਣਾ ਚਾਹੀਦਾ ਨਹੀਂ ਇਹ ਪਤਾ ਲੱਗਣ ਵਾਲਾ ਕੰਮ ਨਹੀਂ ਹੈ ਕੁਛ ਕੁ ਚੀਜ਼ਾਂ ਉਈ ਆ ਵੜ ਜਾਂਦੀਆਂ ਨਹੀਂ ਇਹ ਜ਼ਰੂਰੀ ਦਿਮਾਗ 'ਚ ਤੇ ਉਹ ਕਿਉਂਕਿ ਹੁਣ ਮੈਨੂੰ 12-15 ਸਾਲ ਹੋ ਗਏ ਬਈ ਉੱਥੇ ਤੇ ਉਹ ਉੱਥੇ ਹੀ ਕੰਮ ਕੀਤੇ ਆ ਸਾਰੇ ਸੋ ਵੀ ਵਰ ਡਿਸਕਸਿੰਗ ਅਬਾਊਟ ਉਹਨਾਂ ਨਾਲ ਹੀ ਧੱਕੇ ਧੁੱਕੇ ਖਾਦੇ ਤੇ ਅੱਛਾ ਉਹ ਕੀ ਹੋਇਆ ਵੀ ਉਹ ਉਈ ਆਈ ਦਿਮਾਗ 'ਚ ਯਾਰ ਕਰੰਟ ਲੱਗਣਗੇ ਜੀ ਮਤਲਬ ਕਰੰਟ ਲੱਗਣਗੇ ਉਦੋਂ 2019 'ਚ ਜੀ ਲਿਖਿਆ ਸੀਗਾ ਤੇ ਹੁਣ 16 ਨਵੰਬਰ ਕਰਤਾ ਸੋ ਲਾਟੂ ਨਾਲ ਰਿਲੇਟਡ ਚੀਜ਼ ਆ ਬਿਜਲੀ ਨਾਲ ਰਿਲੇਟਡ ਚੀਜ਼ ਆ ਤੇ ਕਰੰਟ ਹੀ ਲਾਉਣੇ ਆ ਉਹਨੇ ਕਰੰਟ ਬਹੁਤ ਤਰ੍ਹਾਂ ਦੇ ਨੇ ਜੀ ਕਰੰਟ ਉਹ ਸਿਰਫ ਬਿਜਲੀ ਦਾ ਕਰੰਟ ਥੋੜੀ ਹੁੰਦਾ ਮੁੰਡੇ ਖੁੰਡੇ ਹੋ ਤੁਹਾਨੂੰ ਤਾਂ ਕਰੰਟ ਬਹੁਤ ਅਜੇ ਵੀ ਵੱਜਦੇ ਹੋਣਗੇ ਸਾਡੇ ਤਾਂ ਕਹੇ ਜੀ ਕੁੜੀਆਂ ਨੂੰ ਵੀ ਦੇਖ ਕੇ ਲੱਗਣਗੇ ਕਰੰਟ ਮੁੰਡਿਆਂ ਨੂੰ ਤੇ ਫਿਲਮ 'ਚ ਤਾਂ ਤੁਹਾਡੇ ਕੈਰੈਕਟਰ 'ਚ ਵੀ ਕਰੰਟ ਬਹੁਤ ਆ ਤੇ ਭਾਜੀ ਮਤਲਬ ਜਿੱਦਾਂ ਕੋਈ ਇੱਕ ਇੱਕ ਚੀਜ਼ ਮੂਵੀ ਦੀ ਦੋਵਾਂ ਨੇ ਦੱਸਣੀ ਆ ਵੀ ਜਿਹੜੀ ਆਡੀਅੰਸ ਆ ਕਰੰਟ ਲਵਾਉਣ ਨੂੰ ਤਿਆਰ ਹੋ ਜਾਵੇ ਹੁਣ ਜਿਹੜੇ ਉਹ ਤਾਰਾਂ ਦੇ ਬੰਡਲ ਚੱਕੀ ਫਿਰਦੇ ਨੇ ਖੰਭੇ ਪੱਟ ਪੱਟ ਕੇ ਲੱਗੇ ਜੋ ਰਿਹਾਇਸ਼ ਆ ਖੰਭੇ ਕੜਕੇ ਉਹ ਟੋਏ ਪੁੱਟ ਕੇ ਖੰਭੇ ਵਿੱਚ ਲਾਉਂਦੇ ਆ ਉਹ ਲੱਗੂਗਾ ਕਿ ਪਿੰਡ ਦੇ ਲੋਕ ਇੱਦਾਂ ਮਿਲ ਕੇ ਵੀ ਕੰਮ ਕਰਦੇ ਹੁੰਦੇ ਭਾਈਚਾਰਾ ਪਰ ਵਿੱਚ ਉਹ ਵੀ ਹੁੰਦੇ ਆ ਉਹ ਹਮੇਸ਼ਾ ਰਹੇ ਨੇ ਉਹ ਲੱਤ ਮਾਰਨ ਵਾਲੇ ਠੇਬੀ ਮਾਰਨ ਵਾਲੇ ਉਹ ਹਮੇਸ਼ਾ ਰਹੇ ਨੇ ਉਹ ਵੀ ਹੈ ਉਹਦੇ ਬਿਨਾਂ ਤਾਂ ਡਰਾਮਾ ਹੀ ਕ੍ਰੀਏਟ ਨਹੀਂ ਹੁੰਦਾ ਨੈਗੇਟਿਵਿਟੀ ਅਗਰ ਨਾ ਹੋਵੇ ਤਾਂ ਫਿਰ ਪੋਜ਼ਿਟਿਵ ਉਹਦਾ ਉਹਦੀ ਵੈਲਿਊ ਤਾਂ ਹੀ ਪੈਂਦੀ ਹੈ ਉਹ ਵੀ ਹੁੰਦੇ ਨੇ ਵਿੱਚ ਤੁਸੀਂ ਦੱਸੋ ਭਾਜੀ ਇੱਕ ਮੁੰਡਾ ਆਇਆ ਜਿਹਨੇ ਲਾਈਟ ਕੁੜੀ ਨੂੰ ਲਿਆਉਣ ਲਈ ਕੁੜੀ ਨੂੰ ਪਾਉਣ ਲਈ ਕਹਿਤਾ ਵੀ ਮੈਂ ਲਾਈਟ ਲੈ ਕੇ ਆਊਂਗਾ ਜੀ ਹੁਣ ਜਿਹਦੇ ਤੋਂ ਲਾਈਟ ਲੈਣੀ ਹੈ ਜੇ ਤੁਸੀਂ ਟ੍ਰੇਲਰ ਦੇਖਿਆ ਧਿਆਨ ਜਿਹਦੇ ਤੋਂ ਲਾਈਟ ਲੈਣੀ ਹੈ ਧਿਆਨ ਨਾਲ ਦੇਖਿਆ ਭਾਜੀ ਹਾਂਜੀ ਦੋ ਵਾਰੀ ਦੇਖਿਆ ਹੋਰ ਦੱਸੋ ਅੱਛਾ ਜਿਹਦੇ ਤੋਂ ਲਾਈਟ ਲੈਣੀ ਆ ਐਕਸੀਅਨ ਵੀ ਉਸੇ ਕੁੜੀ ਨੂੰ ਚਾਹੁੰਦਾ ਠੀਕ ਹੈ ਜੀ ਉਹਦੇ ਤੋਂ ਲਾਈਟ ਲੈਣੀ ਆ ਉਦੋਂ ਬਾਅਦ ਜਿਹੜੇ ਘਰੇ ਲਾਈਟ ਲਿਆਉਣੀ ਆ ਬਾਪੂ ਕਹਿੰਦਾ ਵੀ ਇਹ ਤਾਂ ਮੇਰੇ ਮਰਨ ਤੋਂ ਬਾਅਦ ਹੀ ਲਾਟੂ ਜਾਊ ਹੁਣ ਉਹ ਮੁੰਡੇ ਦੀ ਸਿਚੁਏਸ਼ਨ ਦੇਖੋ ਕੀ ਹੋ ਗਈ ਸਹੀ ਆ ਜਿਹਦੇ ਤੋਂ ਲਾਈਟ ਲੈਣੀ ਆ ਉਹ ਵੀ ਉਲਟ ਬਾਪੂ ਵੀ ਉਲਟ ਜੀ ਹੁਣ ਇਹ ਫਿਲਮ 'ਚ ਪਤਾ ਲੱਗੂ ਵੀ ਉਹ ਕੀ ਕਰ ਰਿਹਾ ਮੁੰਡਾ ਵੱਖਰਾ ਤਾਂ ਨਹੀਂ ਚੱਲ ਗਿਆ ਕਿੱਦਾਂ ਦੀਆਂ ਚੀਜ਼ਾਂ ਕੀ ਹੋ ਰਹੀਆਂ ਕਿੱਦਾਂ ਆ ਬਜ਼ੁਰਗ ਹਮੇਸ਼ਾ ਹੀ ਜਲਦੀ ਐਕਸੈਪਟ ਨਹੀਂ ਕਰਦੇ ਹੁੰਦੇ ਕਿਉਂ ਉਹਨਾਂ ਨੇ ਉਹ ਜ਼ਮਾਨਾ ਦੇਖਿਆ ਹੀ ਨਹੀਂ ਹੁੰਦਾ ਪਤਾ ਹੀ ਨਹੀਂ ਹੁੰਦਾ ਵੀ ਅੱਗੇ ਐਂ ਵੀ ਹੋ ਸਕਦਾ ਫਾਈਨਲੀ ਜਦੋਂ ਕੁਛ ਕਰਾਮਾਤ ਹੋ ਜਾਂਦੀ ਹੈ ਕਰਾਮਾਤ ਹੀ ਹੈ ਜਦੋਂ ਜਗਦਾ ਲਾਟੂ ਉਹ ਲਾਲਟਣਾ ਦੀਵੇ ਤੇਲ ਵਾਲੇ ਉਹ ਆਲਿਆਂ 'ਚ ਛੋਟੇ ਛੋਟੇ ਪਏ ਉਹ 10 ਦੀਵੇ ਜਗਦੇ ਉਹਦੀ ਥਾਂ 'ਤੇ ਇੱਕ ਲਾਟੂ ਪੂਰੇ ਘਰ ਨੂੰ ਰੋਸ਼ਨ ਕਰ ਦਿੰਦਾ ਉਹ ਫਿਰ ਉਹਨਾਂ ਨੂੰ ਵੀ ਅਚੰਭਾ ਲੱਗਦਾ ਹੈ ਉਹ ਐਕਸੈਪਟ ਵੀ ਕਰ ਲੈਂਦੇ ਵਾਹ ਹੈ ਲਾਟੂ ਉਹ ਸਾਰੀ ਐਕਸੈਪਟੈਂਸ ਤੁਹਾਨੂੰ ਦੇਖਣ ਨੂੰ ਮਿਲੂਗੀ ਫਿਲਮ ਦੇ ਵਿੱਚ ਅਤੇ ਭਾਅ ਜੀ ਲਲਾਰੀਆ ਗਾਣੇ ਦੀ ਗੱਲ ਹੋਈ ਸੀਗੀ ਹੈ ਨਾ ਮੈਂ ਭੁੱਲਿਆ ਨਹੀਂ ਨਾ 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 ਮੈਨੂੰ ਦੋ ਲਾਈਨਾਂ ਹੀ ਆਉਂਦੀਆਂ ਉਹਦੀਆਂ ਗਾਇਆ ਵੈਸੇ ਕਮਲ ਖਾਨ ਸਾਹਿਬ ਹਾਂਜੀ ਹਾਂਜੀ ਕਿਉਂਕਿ ਕਮਲ ਵੀਰੇ ਨੇ ਗਾਇਆ ਉਹ ਬਹੁਤ ਸੋਹਣਾ ਗਾਇਆ ਗਾਣਾ ਸ਼ਾਹ ਜੀ ਨੇ ਬਹੁਤ ਸੋਹਣਾ ਮਿਊਜ਼ਿਕ ਕੀਤਾ ਮੈਂ ਦੋ ਲਾਈਨਾਂ ਤੁਹਾਨੂੰ ਸੁਣਾਊਂਗਾ ਵੇ ਲਲਾਰੀਆ ਵੇ ਰੰਗਦਾਰਾ ਵੇ ਰੰਗ ਲੱਭ ਕੇ ਲਿਆ ਵੇ ਕੋਈ ਪਿਆਰਾ ਅੱਗੇ ਥੋੜੀ ਥੋੜੀ ਲਾਈਨਾਂ ਮੈਨੂੰ ਭੁੱਲਦੀਆਂ ਮੈਂ ਇੰਟਰਪਟ ਨਹੀਂ ਕਰਨਾ ਚਾਹੁੰਦਾ ਬਿਕਾਜ਼ ਦਿਸ ਸੌਂਗ ਇਜ਼ ਸੋ ਰੰਗ ਤੁਹਾਨੂੰ ਆਪ ਲੱਭਣੇ ਪੈਣੇ ਆ ਫਿਲਮ ਦੇ ਵਿੱਚ ਕਮਲ ਖਾਨ ਸਾਹਿਬ ਨੇ ਬਹੁਤ ਖੂਬਸੂਰਤ ਗਾਣਾ ਗਾਇਆ ਔਰ ਹੋਰ ਵੀ ਮੂਵੀ ਦੇ ਗਾਣੇ ਬਹੁਤ ਜ਼ਿਆਦਾ ਖੂਬਸੂਰਤ ਆ ਤੁਸੀਂ ਦੇਖ ਵੀ ਲਏ ਆ ਟ੍ਰੇਲਰ ਵੀ ਤੁਸੀਂ ਦੇਖ ਲਿਆ ਐਂਡ ਬਾਕੀ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਮੂਵੀ ਦੇ ਅੰਦਰ ਕੀ ਹੋਇਆ ਹੈ ਨਾ ਅਤੇ ਮੂਵੀ ਦੇ ਲਈ ਕਿੰਨੀ ਕੁ ਐਕਸਾਈਟਮੈਂਟ ਔਰ ਕਿੰਨੀ ਕੁ ਤਿਆਰੀ ਹੋਈ ਸਾਰੀਆਂ ਗੱਲਾਂ ਬਾਤਾਂ ਆਪਾਂ ਜਾਣ ਲਈਆਂ ਥੈਂਕ ਯੂ ਸੋ ਮਚ ਤੁਹਾਡਾ ਦੋਵਾਂ ਦਾ ਆਉਣ ਵਾਸਤੇ ਥੈਂਕ ਯੂ ਜੀ ਪਲੇਜ਼ਰ ਟੂ ਬੀ ਵਿਦ ਯੂ 16 ਤਰੀਕ ਨੂੰ ਜ਼ਰੂਰ ਜਾਇਓ ਜੀ ਥੀਏਟਰ ਕਰੰਟ ਲੱਗਣਗੇ ਔਰ ਜਾਂਦਿਆਂ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਡੀਅੰਸ ਨੂੰ ਪਲੀਜ਼ ਆਡੀਅੰਸ ਨੂੰ ਮੈਂ ਬਹੁਤ ਪਿਆਰ ਕਰਦੇ ਆਡੀਅੰਸ ਨੂੰ ਮੈਂ ਬੇਨਤੀ ਨਹੀਂ ਕਰਦਾ ਕਹਿ ਦਿੰਦਾ ਆਉਣਾ ਬਈ 16 ਨੂੰ ਆਉਣਾ ਲਾਟੂ ਜਗਦੇ ਦੇਖਣੇ ਨੇ ਔਰ ਜਾਓ ਪਿਛੋਕੜ 'ਚ ਵੀ ਇੱਦਾਂ ਇੱਦਾਂ ਸਾਡੀ ਬਿਜਲੀ ਆਈ ਮੇਰੀ ਟਿਕਟ ਤਾਂ ਸਰਦਾਰ ਸਾਹਿਬ ਸਪੌਂਸਰ ਕਰ ਰਿਹਾ ਵੀ ਪ੍ਰੋਮਿਸ ਯੂ ਕਿ ਤੁਹਾਨੂੰ ਜਿਹੜਾ ਥੀਏਟਰ 'ਚ ਆ ਕੇ ਜੋ ਤੁਸੀਂ ਬਾਹਰ ਆਓਗੇ ਜੇ ਜੇ ਤੁਹਾਡੇ ਮਾਂ ਪਿਓ ਨਾਲ ਗਏ ਆ ਤਾਂ ਉਹ ਐਰਾ ਚੇਤੇ ਕਰਨਗੇ ਜੇ ਤੁਹਾਡੇ ਜਵਾਕ ਨਾਲ ਗਏ ਆ
ਤੇ ਉਹ ਤੁਹਾਨੂੰ ਪੁੱਛਣਗੇ ਵੀ ਆ ਅੱਛਾ ਆਈ ਸੱਚੀ ਆਏ ਹੋਏ ਸੀ ਵੀ ਆਹ ਚੀਜ਼ਾਂ ਇੱਦਾਂ ਆਈਆਂ ਸੋ ਉਹਨਾਂ ਨੂੰ ਬਾਹਰ ਨਿਕਲ ਕੇ ਲਾਈਟ ਦੀ ਵੈਲਿਊ ਪਤਾ ਲੱਗੂ ਅਤੇ ਇਹ ਚੀਜ਼ ਸਭ ਤੋਂ ਇੰਪੋਰਟੈਂਟ ਆ ਔਰ ਪਿਆਰ ਦੀ ਵੈਲਿਊ ਪਤਾ ਲੱਗੂ ਔਰ ਰਿਸ਼ਤਿਆਂ ਦੀ ਵੈਲਿਊ ਪਤਾ ਲੱਗੂ ਵੀ ਮਾਂ ਪਿਓ ਲਾਟੂ ਇੱਥੇ ਵੀ ਜਗਦੇ ਆ ਨਾ ਉਹ ਤੋਂ ਉਹ ਉਹ ਵਾਲੇ ਨਹੀਂ ਇੱਥੇ ਵੀ ਜਗਦੇ ਆ ਹਾਂਜੀ ਹਾਂਜੀ ਇੱਥੋਂ ਜਗਣਗੇ ਤੁਹਾਡੇ ਫਿਲਮ ਦੇਖ ਕੇ ਥੈਂਕ ਯੂ ਸੋ ਮਚ ਦੋਵਾਂ ਦਾ ਜੀ ਐਂਡ ਪੀ ਟੀ ਸੀ ਸ਼ੋਕੇਸ ਦੇ ਵਿੱਚ ਆਉਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਇੱਦਾਂ ਹੀ ਤੁਹਾਡੇ ਵੀ ਲਾਟੂ ਜਗਦੇ ਰਹਿਣ ਹੈ ਨਾ 16 ਤਰੀਕ ਨੂੰ ਲਾਟੂ ਜ਼ਰੂਰ ਜਗਣਗੇ ਅਤੇ ਕਰੰਟ ਵੀ ਲੱਗਣਗੇ ਜੀ ਜ਼ਰੂਰ ਜਾਇਓ ਫਿਲਮ ਦੇਖਣ ਯੰਗ ਵੀਰ ਵੱਲੋਂ ਇੰਨੀ ਕੁ ਹਾਜ਼ਰੀ ਕਬੂਲ ਕਰਿਓ ਅਤੇ ਮਿਲਦੇ ਹਾਂ ਜੀ ਪੀ ਟੀ ਸੀ ਸ਼ੋਕੇਸ ਦੇ ਨੈਕਸਟ ਐਪੀਸੋਡ ਦੇ ਵਿੱਚ ਸਤਿ ਸ਼੍ਰੀ ਅਕਾਲ